ਡਾਕਟਰ ਭੁਰਜੀ ਸ਼ੋਅ 'ਚ ਫਿਰ ਤੁਹਾਡਾ ਇੱਕ ਵਾਰੀ ਨਿੱਘਾ ਸਵਾਗਤ ਆ। ਹਰ ਹਫ਼ਤੇ ਅਸੀਂ ਤੁਹਾਡੇ ਲਈ ਇੱਕ ਪਿਆਰਾ ਜਿਹਾ ਨਵਾਂ ਜਿਹਾ ਤੁਹਾਡੇ ਲਈ ਤੁਹਾਡੇ ਮਨੋਰੰਜਨ ਦੇ ਲਈ ਤੁਹਾਡੀ ਐਜੂਕੇਸ਼ਨ ਦੇ ਲਈ ਸ਼ੋਅ ਲੈ ਕੇ ਹਾਜ਼ਰ ਹੁੰਦੇ ਹਾਂ। ਤੁਸੀਂ ਹਮੇਸ਼ਾ ਹੀ ਸਾਨੂੰ ਸੋਹਣੀ ਫੀਡਬੈਕ ਦਿੰਦੇ ਹੋ ਔਰ ਫੀਡਬੈਕ ਦਿੰਦੇ ਰਿਹਾ ਕਰੋ, ਕਿਉਂਕਿ ਜੋ ਤੁਸੀਂ ਕਹੋਗੇ ਉਹਦੇ ਉੱਤੇ ਅਸੀਂ ਤੁਹਾਡੀ ਜਿਹੜੀ ਕ੍ਰਿਟੀਸਿਜ਼ਮ ਹੈਗੀ ਆ, ਕੰਸਟਰਕਟਿਵ ਕ੍ਰਿਟੀਸਿਜ਼ਮ, ਉਹਦੇ ਉੱਤੇ ਅਸੀਂ ਜ਼ਰੂਰ ਅਮਲ ਕਰਕੇ ਹੋਰ ਇਹਨੂੰ ਵਧੀਆ ਕਰਾਂਗੇ। ਅੱਜ ਦੇ ਜਿਹੜੇ ਰੂਹਾਨੀ ਸੈਗਮੈਂਟ ਆ ਉਹਦੇ ਵਿੱਚ ਅਸੀਂ ਗੱਲ ਰੂਹ ਦੀ ਮਾੜੀ ਮੋਟੀ ਕਰਨੀ ਆ, ਲੇਕਿਨ ਜਿਹੜਾ ਉਹਦਾ ਪ੍ਰੈਕਟੀਕਲ ਐਸਪੈਕਟ ਜਿਹੜਾ ਅਸੀਂ ਦੇਖ ਰਹੇ ਹਾਂ। ਮੈਨੂੰ ਪਿਛਲੇ ਇੱਕ ਦੋ ਹਫ਼ਤੇ 'ਚ ਕਾਫੀ ਸੱਜਣ ਮਿੱਤਰ, ਉਹਨਾਂ ਦੇ ਸੁਨੇਹ ਆਏ, ਕਾਲਸ ਆਈਆਂ, ਔਰ ਉਹਦੇ 'ਚ ਇੱਕ ਵੱਡੀ ਗੱਲ ਇਹ ਸਾਹਮਣੇ ਆਈ ਵੀ ਅਸੀਂ ਗੁਰਦੁਆਰੇ ਸਾਹਿਬ, ਅਖੰਡ ਪਾਠ ਸਾਹਿਬ ਜ਼ਰੂਰ ਬੁੱਕ ਕਰਦੇ ਹਾਂ ਔਰ ਕਰਨਾ ਚਾਹੀਦਾ, ਸ੍ਰੇਸ਼ਟ ਕੰਮ ਆ। ਸ਼ਬਦ ਗੁਰੂ ਉਹਨੂੰ ਸਰਵਨ ਕਰੋ, ਪਾਠ ਸੁਣਿਆ ਕਰੋ, ਪਾਠ ਆਪ ਵੀ ਕਰਿਆ ਕਰੋ, ਕਿਉਂਕਿ ਅਗਰ ਆਪਾਂ ਭਗਤੀ ਦੇ ਨੌ ਐਂਗਲਸ ਦੇਖੀਏ, ਗੁਰਬਾਣੀ ਸੁਣਨਾ, ਗੁਰਬਾਣੀ ਪੜ੍ਹਨਾ, ਗੁਰਬਾਣੀ ਲਿਖਣਾ, ਗੁਰਬਾਣੀ ਦਾ ਕੀਰਤਨ ਸੁਣਨਾ, ਕਥਾ, ਸੇਵਾ, ਸਿਮਰਨ, ਦਾਨ, ਲੇਕਿਨ ਜਦ ਕੋਈ ਵਿਅਕਤੀ ਅਖੰਡ ਪਾਠ ਸਾਹਿਬ ਬੁੱਕ ਕਰਦਾ ਤਾਂ ਉਹਦੇ ਨਾਲ ਦੂਜਾ ਪਹਿਲੂ ਤੁਸੀਂ ਗੁਰਦੁਆਰਾ ਸਾਹਿਬ ਦਾ ਵੀ ਦੇਖੋ। ਗੁਰਦੁਆਰੇ ਸਾਹਿਬ ਨੂੰ ਵੀ ਆਪਣੀ ਮੈਨੇਜਮੈਂਟ ਦੇ ਵਿੱਚੋਂ ਪਾਠੀ, ਗ੍ਰੰਥੀ, ਅਰਦਾਸੀ ਜਿਹੜੇ ਹੈਗੇ ਆ ਉਹ ਤੁਹਾਡੇ ਲਈ ਮੌਜੂਦ ਕਰਨੇ ਪੈਂਦੇ ਆ। ਹੁਣ ਇੱਕ ਅੱਧੀ ਵਾਰ ਹੋਏ ਤਾਂ ਕੋਈ ਗੱਲ ਨਹੀਂ, ਲੇਕਿਨ ਕਈ ਵਾਰ ਔਰ ਬਹੁਤ ਵਾਰ ਇੱਦਾਂ ਗੁਰਦੁਆਰੇ ਸਾਹਿਬ 'ਚ, ਇੱਥੇ ਲੋਕਲੀ ਸਰੀ ਦੀ ਮੈਂ ਗੱਲ ਕਰ ਰਿਹਾ, ਲੋਕ ਅਖੰਡ ਪਾਠ ਸਾਹਿਬ ਬੁੱਕ ਕਰ ਲੈਂਦੇ ਆ, ਗੁਰਦੁਆਰੇ ਸਾਹਿਬ ਦੀ ਮੈਨੇਜਮੈਂਟ ਉਹਨਾਂ ਨੂੰ ਇੱਕ ਦਿਨ ਪਹਿਲਾਂ ਰਿਮਾਈਂਡ ਵੀ ਕਰਦੀ, ਯਾਦ ਵੀ ਕਰਵਾਉਂਦੀ ਆ ਬਈ ਅਗਲੇ ਦਿਨ ਤੁਹਾਡਾ ਅਖੰਡ ਪਾਠ ਤੁਸੀਂ ਬੁੱਕ ਕਰਾ ਕੇ ਗਏ ਸੀ, ਮਹੀਨਾ ਹੋ ਗਿਆ ਜਾਂ ਹਫ਼ਤਾ ਜਾਂ ਦੋ ਹਫ਼ਤਾ, ਜੋ ਵੀ ਤੁਸੀਂ ਇੰਨੇ ਵਜੇ ਅੱਪੜ ਜਾਓ। ਔਰ ਦੇਖਣ 'ਚ ਇਹ ਆਇਆ ਵੀ ਲੋਕ ਉਦੋਂ ਨਹੀਂ ਆਉਂਦੇ, ਹੋ ਸਕਦਾ ਉਹਨਾਂ ਨੂੰ ਕੋਈ ਐਮਰਜੈਂਸੀ ਪੈ ਗਈ ਹੋਏ, ਨਾ ਅੱਪੜੇ ਹੋਣ, ਲੇਕਿਨ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਆ। ਤੁਹਾਡੇ ਕੋਲ ਸਾਰਿਆਂ ਕੋਲ ਫੋਨ ਹੈਗੇ ਆ, ਲੋਕਲ ਕਾਲਾਂ, ਅੱਜ ਕੱਲ੍ਹ ਤਾਂ ਨੈਸ਼ਨਲ ਪਲਾਨ ਵੀ ਜਿਹੜਾ ਹੈਗਾ ਉਹ ਇਨਕਲੂਡਿਡ ਹੈਗਾ, ਸੋ ਪਲੀਜ਼ ਉਹਨਾਂ ਨੂੰ ਦੱਸ ਦਿਆ ਕਰੋ ਸਹੀ ਸਮੇਂ ਦੇ ਵਿੱਚ, ਕਿਉਂਕਿ ਜਦੋਂ ਤੁਹਾਡੇ ਕਾਰਜ ਵਾਸਤੇ ਗੁਰਦੁਆਰਾ ਸਾਹਿਬ ਇਨਵੋਲਵ ਹੋ ਰਿਹਾ, ਉਹਨਾਂ ਨੇ ਜਿਹੜੇ ਗ੍ਰੰਥੀ ਆ, ਪਾਠੀ ਆ, ਅਰਦਾਸੀ ਆ, ਉਹਨਾਂ ਨੂੰ ਵੀ ਅਤੇ ਉਹਨਾਂ ਨੇ ਪੇ ਕਰਨਾ। ਦੂਜਾ, ਇਹ ਬਹੁਤ ਸ਼ਰਮਨਾਕ ਗੱਲ ਆ, ਇੱਕ ਨਿਰਾਦਰ ਆ, ਇੱਕ ਉਹ ਅਸਥਾਨ ਦਾ ਜਿੱਥੇ ਅਸੀਂ ਜਾ ਕੇ ਸਿੱਖਣਾ, ਗੁਰਦੁਆਰੇ ਜਾਏ ਸੋਝੀ ਪਾਏ ਸੀ ਅਤੇ ਸੋਝੀ ਹੋਰ ਕਿੱਥੋਂ ਆਉਣੀ ਸਾਨੂੰ, ਸੋ ਅਸੀਂ ਇਹ ਕੰਮ ਜਿਹੜੇ ਹੈਗੇ ਆ ਇਹ ਛੱਡ ਦਿਆ ਕਰੀਏ। ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਤੁਸੀਂ ਆਪ ਖੁਦ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਜਿਹੜਾ ਹੈਗਾ ਉਹ ਆਰੰਭ ਕਰੋ, ਭਾਵੇਂ ਇੱਕ ਅੰਗ, ਦੋ ਅੰਗ, ਦਸ ਅੰਗ, ਜਿੰਨੇ ਵੀ ਹੁੰਦੇ ਕਰੋ। ਦੂਜੀ ਗੱਲ, ਨਿਤਨੇਮੀ ਬਣੋ, ਸੇਵਾ ਸਿਮਰਨ ਕਰੋ, ਵਾਹਿਗੁਰੂ ਦਾ ਜਾਪ ਕਰੋ। ਹਾਂ, ਅਖੰਡ ਪਾਠ ਸਾਹਿਬ ਦੀ ਤੁਹਾਡੀ ਦਿੱਲੀ ਇੱਛਾ ਹੈਗੀ ਹੈ, ਕੋਈ ਵੀ ਰੀਜ਼ਨ ਹੋਵੇ ਤੁਸੀਂ ਜ਼ਰੂਰ ਕਰਾਓ, ਲੇਕਿਨ ਉਹਦੇ ਨਾਲ ਜਿਹੜੇ ਹੋਰ ਗੁਰਦੁਆਰੇ ਸਾਹਿਬ ਦੇ ਜਿਹੜੇ ਗਾਈਡਲਾਈਨਸ ਹੈ ਉਹਦੇ ਨਾਲ ਜ਼ਰੂਰ ਤੁਸੀਂ ਕੰਪਲਾਈ ਕਰੋ, ਉਹਦੇ ਨਾਲ ਜ਼ਰੂਰ ਤੁਸੀਂ ਰਾਬਤਾ ਕਾਇਮ ਕਰੋ। ਦੂਜੀ ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹ ਆ ਵੀ ਲੋਕ ਆਉਂਦੇ ਆ ਅਖੰਡ ਪਾਠ ਸਾਹਿਬ ਰਖਾ ਕੇ ਤਾਂ ਫਿਰ ਉਹ ਗੁਰਦੁਆਰੇ ਨਹੀਂ ਵੜਦੇ, ਉਹ ਸਿਰਫ ਅਰਦਾਸ ਵਾਲੇ ਟਾਈਮ ਹੀ ਆਉਂਦੇ ਆ ਵੀ ਸਾਡੀ ਅਰਦਾਸ ਕਰ ਦਿਓ, ਆਹ ਪਰਚੀ ਦੇ ਦਿੱਤੀ ਵੀ ਆਹ ਲਿਸਟ ਪੜ੍ਹ ਦਿਓ ਵੀ ਸਾਡਾ ਬਿਜ਼ਨਸ, ਸਾਡੇ ਬੱਚਿਆਂ ਦੀ ਐਜੂਕੇਸ਼ਨ, ਸਾਡਾ ਘਰ, ਜੋ ਵੀ ਉਹਨਾਂ ਨੇ ਗੁਰੂ ਜਿਹੜੀ ਲੰਬੀ ਜਿਹੜੀ ਲਿਸਟ ਬਣਾਈ ਆ ਉਹ ਭਾਈ ਸਾਹਿਬ ਨੂੰ ਦੇ ਦਿੰਦੇ, ਕਹਿੰਦੇ ਪੜ੍ਹ ਦਿਓ ਬਈ ਇਹ ਅਰਦਾਸ 'ਚ। ਵੀ ਦੇਖੋ ਇਹ ਡਰਾਮੇਬਾਜ਼ੀ ਆ, ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਅਗਰ ਆਪਣੇ ਮਨ ਦੇ ਵਿੱਚ ਧਾਰਨਾ ਬਣਾਈ ਆ ਤੁਸੀਂ ਜ਼ਰੂਰ ਅਖੰਡ ਪਾਠ ਸਾਹਿਬ ਕਰਵਾਓ, ਲੇਕਿਨ ਉਹਦੇ ਵਿੱਚ ਆਪ ਸ਼ਿਰਕਤ ਕਰੋ, ਬੈਠ ਕੇ ਬਾਣੀ ਸੁਣੋ, ਸੁਣਤੇ ਪੁਨੀਤ ਕਹਿਤੇ ਪਵਿੱਤ, ਜਿਹੜਾ ਸੁਣਨ ਵਾਲਾ ਉਹਦੀ ਜਿਹੜੀ ਅਵਸਥਾ ਮਹਾਰਾਜ ਨੇ ਹੋਰ ਉੱਚੀ ਦੱਸੀ ਆ, ਕਿਉਂਕਿ ਜਦੋਂ ਆਪਾਂ ਕੁਛ ਕਹਿ ਰਹੇ ਹਾਂ ਤਾਂ ਅਸੀਂ ਕੋਈ ਨਵਾਂ ਸਿੱਖਣਾ ਤਾਂ ਹੈ ਨਹੀਂ, ਜੋ ਸਾਡੀ ਨੌਲੇਜ ਹੈ ਉਹੀ ਕਹੀ ਜਾ ਰਹੇ ਹਾਂ, ਲੇਕਿਨ ਜਦੋਂ ਆਪਾਂ ਸੁਣਦੇ ਹਾਂ ਕੁਛ ਨਵਾਂ ਸਿੱਖ ਸਕਦੇ ਹਾਂ। ਔਰ ਬਾਣੀ ਸੁਣਿਆ ਕਰੋ, ਬਾਣੀ ਨੂੰ ਸੁਣ ਕੇ, ਸੁਣਿਆ ਮੰਨਿਆ ਮਨ ਕੀਤਾ ਭਾਓ, ਸੁਣ ਕੇ ਨਾ ਫਿਰ ਉਹਨੂੰ ਮੰਨੋ ਵੀ ਮਹਾਰਾਜ ਜੋ ਕਹਿੰਦੇ ਉਹ ਸੱਚ ਆ। ਆਦ ਸੱਚ, ਜੁਗਾਦ ਸੱਚ,
ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਤਾਂ ਆ ਜੁਗਾ ਤੋਂ ਸੱਚ ਹੈ। ਜਦੋਂ ਕੋਈ ਵੀ ਖੰਡ ਬ੍ਰਹਿਮੰਡ, ਧਰਤੀ, ਆਕਾਸ਼, ਸੂਰਜ, ਚੰਦਰਮਾ ਨਹੀਂ ਸੀ, ਉਦੋਂ ਵੀ ਇਹ ਸੱਚ ਸੀ। ਸੋ ਸੁਣਿਆ, ਮੰਨਿਆ, ਮਨ ਕੀਤਾ ਭਾਉ, ਤਾਂ ਪ੍ਰੇਮ ਦੀ ਜਿਹੜੀ ਹੈਗੀ ਆ ਪ੍ਰੋਸੈਸ਼ਨ, ਪ੍ਰੇਮ ਦੀ ਜਿਹੜੀ ਅਵਸਥਾ, ਉਹਦੇ ਵਿੱਚ ਲੈ ਕੇ ਆਓ। ਤਾਂ ਕਿ ਦੇਖੋ, ਜਿਹੜਾ ਪ੍ਰੇਮੀ ਬੰਦਾ ਉਹ ਇਹ ਗਲਤ ਕੰਮ ਕਰੂਗਾ ਹੀ ਨਹੀਂ। ਉਹ ਤਾਂ ਸ਼ਰਧਾ, ਭਾਵਨਾ, ਪ੍ਰੇਮ ਦੇ ਨਾਲ ਇੰਨਾ ਭਿੱਜਿਆ ਹੋਊਗਾ ਵੀ ਉਹਦੀ ਅਵਸਥਾ ਜਿਹੜੀ ਹੈਗੀ ਆ ਤੁਸੀਂ ਬਿਆਨ ਨਹੀਂ ਕਰ ਪਾਓਗੇ। ਨਾਲ ਨਾਲ ਜਿਵੇਂ ਤੁਸੀਂ ਆਪਣੇ ਰਿਸ਼ਤੇਦਾਰ, ਦੋਸਤ, ਮਿੱਤਰ, ਗੈਸਟ, ਜੋ ਵੀ ਸੱਦਣੇ, ਸੱਦੋ, ਜ਼ਰੂਰ ਸੱਦੋ, ਕਿਉਂਕਿ ਬਹੁਤ ਸ੍ਰੇਸ਼ਟ ਕੰਮ ਆ। ਸ਼ਬਦ ਗੁਰੂ ਦੇ ਦਰਸ਼ਨ ਕਰਵਾ ਰਹੇ ਹੋ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਲੇਕਿਨ ਨਾਲ ਨਾਲ ਲੰਗਰ ਦੇ ਵਿੱਚ ਵੀ ਸੇਵਾ ਜ਼ਰੂਰ ਕਰਿਆ ਕਰੋ, ਕਿਉਂਕਿ ਸੇਵਾ ਕਰਤ ਹੋਏ ਨਹਿਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਅਗਰ ਆਪਾਂ ਬਿਨਾਂ ਕਾਮਨਾ ਤੋਂ ਸੇਵਾ ਕਰੀਏ ਤਾਂ ਪ੍ਰਭੂ ਪ੍ਰਾਪਤੀ ਬੜੇ ਸੁਖਾਲੇ ਮਾਰਗ ਦੇ ਨਾਲ ਹੋ ਸਕਦੀ ਆ। ਮਹਾਰਾਜ ਕਹਿੰਦੇ ਆ, ਸਾ ਸੇਵਾ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਕਈ ਵਾਰ ਨਾ ਇੱਦਾਂ ਹੁੰਦਾ ਵੀ ਆਪਾਂ ਸੇਵਾ ਕਰੀ ਜਾਂਦੇ ਹਾਂ ਜੋੜਿਆਂ ਦੀਆਂ, ਲੰਗਰ ਦੀਆਂ, ਉੱਪਰ ਦੀਵਾਨ ਹਾਲ 'ਚ ਅਸੀਂ ਵੈਕਿਊਮ ਵੀ ਕਰਦੇ ਹਾਂ, ਸਾਫ਼ ਸਫਾਈ ਵੀ ਕਰਦੇ ਹਾਂ, ਲੇਕਿਨ ਆਪਾਂ ਕਹਿੰਦੇ ਹਾਂ ਵੀ ਬੜੀ ਛੇਤੀ ਉਹਦਾ ਫਲ ਮਿਲੇ। ਲੇਕਿਨ ਮਹਾਰਾਜ ਕਹਿੰਦੇ ਆ ਵੀ ਸਾ ਸੇਵਾ ਸਫਲ ਹੈ, ਉਹੀ ਸੇਵਾ ਸਫਲ ਹੁੰਦੀ ਹੈ ਜੇ ਸਤਿਗੁਰ ਕਾ ਮਨ ਮੰਨੇ। ਅਤੇ ਸਤਿਗੁਰ ਕਾ ਕਿੱਦਾਂ ਮਨ ਮੰਨਿਆ? ਅਗਰ ਆਪਾਂ ਗੁਰੂ ਵਾਲੇ ਹੋਈਏ ਤਾਂ ਗੁਰੂ ਵਾਲੇ ਕਿੱਦਾਂ ਹੋਣਾ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉੱਠ ਹਰ ਨਾਮ ਤੇ ਆਏ। ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਉਪਦੇਸ਼ ਗੁਰੂ ਹਰ ਜਸ ਜਸ ਗਾਵੇ, ਸਭ ਕਿਲਵਿਕ ਪਾਪ ਦੋਖ ਲਹਿ ਜਾਏ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਿਰਾਸ ਤਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਸੋ ਇਹ ਗਾਈਡਲਾਈਨਸ ਸਾਡੇ ਬਾਪੂ ਨੇ ਬਖਸ਼ੀਆਂ। ਸੋ ਆਪਾਂ ਗੁਰੂ ਵਾਲੇ ਹੋਈਏ, ਗੁਰਦੁਆਰੇ ਸਾਹਿਬ ਜਾਇਆ ਕਰੋ, ਉੱਥੇ ਸਿੱਖਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਔਰ ਜੀ ਸਦਕੇ ਅਖੰਡ ਪਾਠ ਸਾਹਿਬ ਜ਼ਰੂਰ ਕਰਵਾਇਆ ਕਰੋ, ਲੇਕਿਨ ਉਹਦੇ ਵਿੱਚ ਪਲੀਜ਼ ਪਾਰਟੀਸਪੇਟ ਕਰਿਆ ਕਰੋ। ਕਮਿਊਨੀਕੇਸ਼ਨ, ਕਮਿਊਨੀਕੇਸ਼ਨ, ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਸੋ ਮੈਂ ਉਮੀਦ ਕਰਦਾ ਵੀ ਇਹ ਸੈਗਮੈਂਟ ਤੁਹਾਡੇ ਲਈ ਲਾਭਦਾਇਕ ਹੋਏਗਾ। ਅਸੀਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਹੈਲਥ ਸੈਗਮੈਂਟ ਤੁਹਾਡੇ ਲਈ ਲੈ ਕੇ ਆ ਰਹੇ ਹਾਂ, ਜਾਇਓ ਨਾ ਕਿੱਥੇ। ਡਾਕਟਰ ਭੁਰਜੀ ਸ਼ੋਅ 'ਚ ਤੁਹਾਡਾ ਨਿੱਘਾ ਸਵਾਗਤ ਹੈ। ਅਸੀਂ ਹੁਣੇ ਹੀ ਰੂਹਾਨੀਅਤ ਸੈਗਮੈਂਟ ਫਿਨਿਸ਼ ਕੀਤਾ ਅਤੇ ਹੁਣ ਹੈਲਥ ਸੈਗਮੈਂਟ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਜਿਹੜੇ ਸਾਡੇ ਜੀਵਨ 'ਚ ਰੋਜ਼ ਵਾਪਰਦੀਆਂ, ਔਰ ਉਹਦਾ ਟਾਈਟਲ ਹੈਗਾ ਵੀ ਜਿਹੜੀ ਸਰੀਰ ਦੀਆਂ ਕ੍ਰਿਆ ਹੈਗੀਆਂ, ਜਿੱਦਾਂ ਛਿੱਕ ਹੈਗੀ ਆ, ਗੈਸ ਜਿਹੜਾ ਆਪਾਂ ਰਿਲੀਜ਼ ਕਰਦੇ ਹਾਂ, ਜਿਹਨੂੰ ਆਪਾਂ ਪਦ ਵੀ ਕਹਿੰਦੇ ਹਾਂ, ਬੁਰਾ ਨਾ ਮੰਨਿਓ, ਤੁਸੀਂ ਖਾ ਪੀ ਰਹੇ ਵੀ ਹੋ ਗਏ, ਲੇਕਿਨ ਮੈਡੀਕਲ ਤੌਰ 'ਤੇ ਅਸੀਂ ਇਹ ਗੱਲਾਂ ਕਰ ਰਹੇ ਹਾਂ, ਔਰ ਪਿਸ਼ਾਬ ਵੀ, ਕੀ ਇਹ ਰੁਕਣਾ ਚਾਹੀਦਾ? ਇੱਕ ਸਵਾਲ ਹੈਗਾ। ਕੁਛ ਹਫ਼ਤੇ ਪਹਿਲਾਂ ਲੰਡਨ ਦੇ ਵਿੱਚ ਇੱਕ ਬੜਾ ਹੀ ਹੈਲਦੀ ਵਿਅਕਤੀ ਸੀ ਗੋਰਾ, ਤਾਂ ਉਹਨੂੰ ਬੜੇ ਜ਼ੋਰ ਦੀ ਛਿੱਕ ਆਈ, ਲੇਕਿਨ ਜਿੱਦਾਂ ਅਸੀਂ ਵੀ, ਸਾਨੂੰ ਸਮਝਾਇਆ ਜਾਂਦਾ ਵੀ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ ਬੈਠੇ ਹਾਂ ਜਾਂ ਥੀਏਟਰ ਦੇ ਵਿੱਚ ਬੈਠੇ ਹਾਂ ਜਿੱਥੇ ਬੜੀ ਸ਼ਾਂਤੀ ਆ, ਉੱਥੇ ਛਿੱਕ ਨਹੀਂ ਮਾਰਨੀ ਚਾਹੀਦੀ ਅਗਰ ਛਿੱਕ ਆਈ ਹੈ, ਕਿਉਂਕਿ ਉਹ ਵਾਤਾਵਰਨ ਜਿਹੜਾ ਹੈਗਾ ਉਹਦੇ ਵਿੱਚ ਆਵਾਜ਼ ਆਊਗੀ, ਲੋਕ ਤੁਹਾਨੂੰ ਬੁਰੀ ਨਜ਼ਰ ਨਾਲ ਦੇਖਣਗੇ। ਤਾਂ ਉਹਨੂੰ ਵੀ ਇਹੀ ਸਮਝਾਇਆ ਗਿਆ ਸੀ ਉਹਦੇ ਮਾਂ ਬਾਪ ਤੋਂ, ਉਹਦੇ ਟੀਚਰਸ ਤੋਂ। ਤਾਂ ਉਹਨੇ ਨੱਕ ਔਰ ਮੂੰਹ ਘੁੱਟ ਲਿਆ, ਜਿੱਦਾਂ ਮੂੰਹ ਔਰ ਨੱਕ ਘੁੱਟ ਲਿਆ ਜਦੋਂ ਛਿੱਕ ਆਈ। ਛਿੱਕ ਤਾਂ ਹੁਣ ਉਹ ਹਟੀ ਨਹੀਂ, ਅੰਦਰ ਹੀ ਛਿੱਕ ਵੱਜ ਗਈ, ਅਤੇ ਉਹਦੇ ਨਾਲ ਜਿਹੜੀ ਉਹਦੀ ਸਾਹ ਦੀ ਨਾਲੀ ਆ ਉਹ ਗਈ ਪਾਟ ਗਈ। ਜਦ ਉਹ ਗਈ ਪਾਟ ਤਾਂ ਉਹ ਮਾਰੇ ਚੀਕਾਂ, ਧੌਣ ਉਹਦੀ ਗਈ ਸੁੱਜ, ਹਵਾ ਸਾਰੀ ਲੀਕ ਹੋ ਗਈ ਧੌਣ 'ਚ। ਉਹ ਸਿਆਣਾ ਬੰਦਾ ਸੀ ਵੀ ਐਮਰਜੈਂਸੀ 'ਚ ਚਲਾ ਗਿਆ ਰਾਈਟ ਵੇ। ਉਹਨਾਂ ਨੇ ਜਦੋਂ ਉਹਦੇ ਐਕਸਰੇ ਸਕੈਨ ਵਗੈਰਾ ਕੀਤੇ, ਉਹ ਕਹਿੰਦੇ ਵੀ ਤੇਰੀ ਤਾਂ ਏਅਰ ਲੀਕ ਹੋਈ ਹੋਈ ਆ, ਵੀ ਕੀ ਗੱਲ ਹੋਈ? ਫਿਰ ਉਹਨੇ ਦੱਸਿਆ ਵੀ ਮੈਂ ਛਿੱਕ ਆਈ ਸੀ ਉਹ ਰੋਕ ਲਈ। ਹੁਣ ਦੇਖੋ ਜਦੋਂ ਉਹਨਾਂ ਨੇ ਅੰਦਰ ਕੈਮਰੇ ਪਾ ਕੇ ਦੇਖੇ, ਉਹਨਾਂ ਨੂੰ ਪਤਾ ਲੱਗਾ ਵੀ ਇਹਦੇ ਨਾ ਇੱਕ ਕਿਸਮ ਦਾ ਟੀਅਰ ਹੋਇਆ, ਉੱਥੇ ਇੱਕ ਜ਼ਖਮ ਹੋਇਆ ਜਾਂ ਕੱਟ ਹੋ ਗਿਆ। ਉਹਨੂੰ 8-10 ਦਿਨ ਹੋਸਪਿਟਲ ਰੱਖਣਾ ਪਿਆ, ਉਹਨੂੰ ਟਿਊਬ ਨਾਲ ਦੇਣਾ ਪਿਆ, ਕਿਉਂਕਿ ਖਾਣਾ ਉੱਦਾਂ ਦਿੰਦੇ ਅਤੇ ਸਾਹ ਦੀ ਨਾਲੀ 'ਚ ਜਾ ਕੇ ਫੇਫੜਿਆਂ 'ਚ ਡਿੱਗ ਸਕਦਾ ਸੀ, ਉਹਦੇ ਨਾਲ ਹੋਰ ਡੈਮੇਜ ਹੋਣਾ ਸੀ, ਐਂਟੀਬਾਇਓਟਿਕ ਦੇਣੇ ਪਏ। ਬਿਨਾਂ ਸਰਜਰੀ ਤੋਂ ਉਹ ਠੀਕ ਤਾਂ ਹੋ ਗਿਆ, ਅਗਰ ਨਹੀਂ ਠੀਕ ਹੁੰਦਾ ਤਾਂ ਉਹਦੇ ਓਪਰੇਸ਼ਨ ਦੇ ਨਾਲ ਸੀਣਾ ਪੈਣਾ ਸੀ। ਹੁਣ ਸਮੱਸਿਆ ਇਹ ਖੜ੍ਹੀ ਹੋ ਗਈ ਆ ਵੀ ਛਿੱਕ ਆਉਂਦੀ ਕਿਉਂ ਆ?
ਦੇਖੋ ਅਸੀਂ ਅਕਸਰ ਕਹਿੰਦੇ ਹਾਂ ਵੀ ਅੱਜ ਛਿੱਕਾਂ ਆ ਰਹੀਆਂ ਵੀ ਕਿਸੇ ਪ੍ਰਾਹੁਣੇ ਨੇ ਆਉਣਾ ਜਾਂ ਕੋਈ ਸਾਡਾ ਪ੍ਰੇਮੀ ਆ ਕੋਈ ਸਾਨੂੰ ਯਾਦ ਕਰ ਰਿਹਾ। ਠੀਕ ਆ ਇਹ ਭਾਵਨਾਤਮਕ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ, ਬਟ ਜਿਹੜਾ ਮੈਡੀਕਲ ਤੌਰ ਦੇ ਉੱਤੇ ਛਿੱਕ ਆਉਂਦੀ ਆ ਉਹ ਸਰੀਰ ਦੀ ਇੱਕ ਕਿਰਿਆ ਹੈਗੀ ਆ ਵੀ ਸਰੀਰ ਤੁਹਾਡੇ ਨੱਕ ਦੇ ਵਿੱਚ ਕੋਈ ਚੀਜ਼ ਆ ਉਹਨੂੰ ਬਾਹਰ ਸੁੱਟਣਾ ਮੰਗਦਾ। ਔਰ ਜਿਹੜੀ ਛਿੱਕ ਦੀ ਸਪੀਡ ਆ ਉਹ 200 ਤੋਂ 300 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ 'ਚ ਹੁੰਦੀ ਆ। ਆਪਾਂ ਕਾਰ 100 ਦੀ ਸਪੀਡ 'ਚ ਚਲਾਈਏ ਆਪਣਾ ਹਾਈਵੇਸ 'ਚ ਇੱਥੇ ਕੈਨੇਡਾ 'ਚ 110 ਚਲੋ ਹੋ ਗਈ ਆ ਹੁਣ ਅਮੈਰੀਕਾ 'ਚ, ਅਤੇ ਅਗਰ ਆਪਾਂ 200-300 ਚਲਾਈਏ ਤੁਸੀਂ ਦੇਖੋ ਕਿੱਦਾਂ ਸਪੀਡ ਹੁੰਦੀ ਆ। ਉਨੀ ਸਪੀਡ 'ਚ ਸਾਡੀ ਛਿੱਕ ਆਉਂਦੀ ਆ ਅਤੇ 25 ਮੀਟਰ ਤੱਕ ਸਮਾਨ ਜਿਹੜਾ ਹੈਗਾ ਬਾਹਰ ਜਾ ਸਕਦਾ। ਅਗਰ ਸਾਡੇ ਨੱਕ ਦੇ ਵਿੱਚ ਕੋਈ ਚੀਜ਼ ਸਟੱਕ ਹੈਗੀ ਆ, ਜੰਮੀ ਆ, ਫੋਰਨ ਬੋਡੀ ਆ ਗਈ ਆ, ਪੋਲਨ ਜਾਂ ਪਰਾਗ ਆ ਗਿਆ ਘਾਹ ਦਾ, ਦਰਖਤਾਂ ਦਾ, ਫੁੱਲਾਂ ਦਾ, ਜਾਂ ਬੈਕਟੀਰੀਆ ਇਕੱਠੇ ਹੋ ਰਹੇ ਆ, ਜਾਂ ਵਾਇਰਸ ਇਕੱਠੇ ਹੋ ਰਹੇ ਆ, ਜਾਂ ਉੱਥੇ ਫੰਗਸ ਇਕੱਠੇ ਹੋ ਰਹੇ ਆ, ਅਤੇ ਬੋਡੀ ਨੂੰ ਸੈਂਸ ਮਿਲਦੀ ਆ ਵੀ ਇਹ ਚੀਜ਼ ਬਾਹਰ ਸੁੱਟਣੀ ਆ, ਸੋ ਤਾਂ ਛਿੱਕ ਆਉਂਦੀ ਆ। ਹੁਣ ਅਗਰ ਆਪਾਂ ਛਿੱਕ ਰੋਕਦੇ ਹਾਂ, ਮੈਂ ਤੁਹਾਡੇ ਸਾਹਮਣੇ ਦੱਸਿਆ ਵੀ ਉਹਨੇ ਸਾਹ ਦੀ ਨਾਲੀ ਜਿਹੜੀ ਹੈਗੀ ਪਾੜ ਗਈ, ਇਹ ਤਾਂ ਚਲੋ ਐਕਸਟ੍ਰੀਮ ਕੇਸ ਸੀ, ਲੇਕਿਨ ਅਗਰ ਛਿੱਕ ਰੋਕਦੇ ਹਾਂ ਅੱਖਾਂ ਦੇ ਜਿਹੜੇ ਸੂਖਸ਼ਮ ਖੂਨ ਦੀਆਂ ਨਾੜਾਂ ਉਹ ਵੀ ਪਾੜ ਸਕਦੇ ਹਾਂ, ਕੰਨ ਦੇ ਪਰਦੇ ਪਾੜ ਸਕਦੇ ਹਾਂ, ਅਤੇ ਸਾਡੇ ਬ੍ਰੇਨ ਦੇ ਵਿੱਚ ਦਿਮਾਗ ਦੇ ਵਿੱਚ ਅਗਰ ਨਾੜੀਆਂ ਪਹਿਲਾਂ ਥੋੜ੍ਹੀਆਂ ਕਮਜ਼ੋਰ ਆ ਸੁੱਜੀਆਂ, ਪ੍ਰੈਸ਼ਰ ਵੱਧ ਕੇ ਉੱਥੇ ਵੀ ਪਾੜ ਕੇ ਅਤੇ ਬਲੀਡਿੰਗ ਹੋ ਸਕਦੀ ਬ੍ਰੇਨ 'ਚ, ਜਿਹਨੂੰ ਆਪਾਂ ਸਟ੍ਰੋਕ ਵੀ ਕਹਿੰਦੇ। ਸੋ ਛਿੱਕ ਆਈ ਆ ਅਤੇ ਉਹਨੂੰ ਰੋਕੋ ਨਾ। ਹਾਂ ਹੁਣ ਤੁਸੀਂ ਇਸ ਜਗ੍ਹਾ 'ਚ ਬੈਠੇ ਹੋ ਵੀ ਜਿੱਥੇ ਛਿੱਕ ਮਾਰਨ ਦੇ ਨਾਲ ਆਲੇ ਦੁਆਲੇ ਦੇ ਵਿੱਚ ਕੁਛ ਫਰਕ ਪੈ ਸਕਦਾ, ਜਿਵੇਂ ਥੀਏਟਰ ਆ, ਇੱਕ ਸਭਾ 'ਚ ਬੈਠੇ ਹੋ, ਜਾਂ ਤੁਹਾਡਾ ਇੰਟਰਵਿਊ ਚੱਲ ਰਿਹਾ ਜਾਂ ਜੋ ਵੀ ਹੈ, ਅਤੇ ਉਦੋਂ ਰੋਕਣ ਦੇ ਕੁਛ ਇੱਕ ਸਾਧਨ ਹੈਗੇ ਆ। ਪਹਿਲਾਂ ਤਾਂ ਆਪਣੇ ਨੱਕ ਤੋਂ ਸਾਹ ਤੁਸੀਂ ਹੈਵੀ ਲੈਣਾ ਸ਼ੁਰੂ ਕਰ ਦਿਓ, ਸ਼ਾਇਦ ਛਿੱਕ ਰੁਕ ਜਾਊਗੀ। ਦੂਜਾ ਤੁਸੀਂ ਇਹ ਉਂਗਲ ਆਪਣੀ ਉੱਪਰਲਾ ਬੁੱਲ ਅਤੇ ਨੱਕ 'ਤੇ ਰੱਖ ਕੇ ਥੋੜ੍ਹਾ ਜਿਹਾ ਰਬ ਕਰੋ, ਇਹ ਵੀ ਹੈਲਪ ਕਰ ਸਕਦਾ, ਜਾਂ ਤੀਜਾ ਇੱਥੋਂ ਫੜ ਕੇ ਨੱਕ ਉਹਨੂੰ ਰਬ ਕਰੋ, ਸ਼ਾਇਦ ਇਹ ਵੀ ਹੈਲਪ ਕਰ ਸਕਦਾ। ਨਹੀਂ ਹੁੰਦਾ ਤਾਂ ਫਿਰ ਉਹਨੂੰ ਛਿੱਕ ਨੂੰ ਆ ਲੈਣ ਦਿਓ ਅਤੇ ਆਪਣਾ ਨੱਕ ਦੇ ਸਾਹਮਣੇ ਹੱਥ ਰੱਖ ਲਓ ਜਾਂ ਆਪਣੇ ਐਲਬੋ ਜਾਂ ਕੂਹਣੀ ਦੇ ਵਿੱਚ ਤੁਸੀਂ ਕਰ ਲਓ। ਦੂਜੀ ਗੱਲ ਹੈਗੀ ਆ ਗੈਸ ਦੀ। ਦੇਖੋ ਸਾਡੇ ਸਾਰਿਆਂ ਦੀ ਆਂਤੜੀਆਂ 'ਚ ਗੈਸ ਬਣਦਾ, ਜਦੋਂ ਬੇਬੀ ਬੋਰਨ ਹੁੰਦੇ ਆ ਉਹਨਾਂ ਦੇ ਵਿੱਚੋਂ 25% ਬੇਬੀਜ਼ ਨੂੰ ਆਪਾਂ ਕਹਿੰਦੇ ਕੋਲਿਕ, ਵੀ ਗੈਸ ਬਣਦੀ ਹੈ, ਇਹਦੇ ਪੇਨ ਹੁੰਦੀ ਆ, ਬੇਬੀ ਰੋਂਦਾ, 4-6 ਮਹੀਨੇ ਰਹਿੰਦਾ, ਬੇਬੀ ਦਾ ਠੀਕ ਹੋ ਜਾਂਦਾ ਹੌਲੀ ਹੌਲੀ ਹੌਲੀ। ਸਿਆਣਿਆਂ 'ਚ ਵੀ, ਐਡਲਟਸ ਦੇ ਵਿੱਚ ਵੀ ਗੈਸ ਬਣਦੀ ਆ ਜਿਹੜੀ ਅਸੀਂ ਪਾਸ ਕਰਦੇ ਹਾਂ, ਜਿਹਨੂੰ ਆਪਾਂ ਪੱਦ ਵੀ ਕਹਿੰਦੇ ਹਾਂ। ਹੁਣ ਉਹ ਕਿਉਂ ਬਣਦੀ ਆ? ਕਿਉਂਕਿ ਜਦੋਂ ਆਪਾਂ ਚਾਹ ਪਾਣੀ ਪੀਂਦੇ ਹਾਂ, ਖਾਣਾ ਖਾਂਦੇ ਹਾਂ, ਉਹਦੇ ਨਾਲ ਨਾਲ ਥੋੜ੍ਹੀ ਹਵਾ ਵੀ ਅੰਦਰ ਜਾਂਦੀ ਸਾਡੇ ਖਾਣੇ ਦੇ ਨਾਲ ਹੀ ਮੈਦਾ ਅਤੇ ਆਂਤੜੀਆਂ 'ਚ। ਦੂਜੀ ਗੱਲ, ਸਾਡੀ ਆਂਤੜੀਆਂ 'ਚ ਜਿਹੜਾ ਖਾਣਾ ਆ ਉਹ ਜਦੋਂ ਡਾਈਜੈਸਟ ਹੋ ਰਿਹਾ, ਪ੍ਰੋਸੈਸ ਹੋ ਰਿਹਾ, ਉਹ ਕੈਮੀਕਲ ਰਿਐਕਸ਼ਨਸ ਤੋਂ ਵੀ ਗੈਸ ਬਣੂਗੀ। ਤੀਜੀ ਗੱਲ, ਜਿਹੜੀ ਸਾਡੀ ਆਂਤੜੀਆਂ 'ਚ ਨਾ ਗੁੱਡ ਬੈਕਟੀਰੀਆ, ਜਿਹਨੂੰ ਆਪਾਂ ਲੈਕਟੋਬੈਸਲਸ ਕਹਿੰਦੇ ਹਾਂ, ਸਾਡੇ ਉਹ ਫਰੈਂਡਲੀ ਬੈਕਟੀਰੀਆ ਹੈਗੇ ਆ। ਜਿੱਦਾਂ ਇੱਕ ਉਦਾਹਰਨ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਵੇਂ ਦੁੱਧ ਆ ਉਹਨੂੰ ਗਰਮ ਕਰਕੇ ਠੰਡਾ ਕਰਕੇ ਆਪਾਂ ਜਾਗ ਲਾਈਏ, ਜਿਹੜੀ ਜਾਗ ਲਾਉਂਦੇ ਹਾਂ ਉਹ ਗੁੱਡ ਬੈਕਟੀਰੀਆ ਹੁੰਦੇ ਆ ਲੈਕਟੋਬੈਸਲਸ, ਜਿਹਦੇ ਨਾਲ ਦਹੀਂ ਜੰਮਦਾ। ਸੋ ਸਾਡੇ ਆਂਤੜੀਆਂ 'ਚ ਵੀ ਗੁੱਡ ਬੈਕਟੀਰੀਆ ਹੈਗੇ, ਉਹਨਾਂ ਦੀ ਕਾਊਂਟ ਹੈਗੀ ਆ 15 ਟ੍ਰਿਲੀਅਨ। ਦੇਖੋ ਆਬਾਦੀ ਬਾਹਰ ਸਿਰਫ 7.5 ਬਿਲੀਅਨ ਹੈ, ਲੇਕਿਨ 15 ਟ੍ਰਿਲੀਅਨ ਤੋਂ ਜ਼ਿਆਦਾ ਉਹ ਗੁੱਡ ਬੈਕਟੀਰੀਆ ਸਾਡੀ ਆਂਤੜੀ 'ਚ ਆ, ਉਹਨਾਂ ਤੋਂ ਵੀ ਗੈਸ ਬਣਦੀ ਆ। ਜਦੋਂ ਗੈਸ ਆਪਾਂ ਇਹਦੀ ਐਨਾਲਿਸਿਸ ਕਰੀਏ ਵੀ ਇਹਦੇ 'ਚ ਕੀ ਆ, ਲਗਭਗ ਜਿਹੜੇ ਗੈਸ ਹਵਾ 'ਚ ਹੁੰਦੇ ਆ ਉਹ ਵੀ ਹੈਗੇ ਆ, ਨਾਈਟ੍ਰੋਜਨ ਵੱਡੀ ਮਾਤਰਾ 'ਚ 60%, ਆਕਸੀਜਨ ਹੈਗਾ, ਕਾਰਬਨ ਡਾਈਆਕਸਾਈਡ ਹੈਗਾ, ਲੇਕਿਨ ਜਿਹੜਾ ਮੀਥੇਨ ਗੈਸ ਹੈਗਾ ਉਹ 7-8% ਹੁੰਦਾ, ਜਿੰਨਾ ਬਦਬੂ ਬਣਦੀ ਆ, ਅਤੇ ਹਾਈਡਰੋਜਨ ਸਲਫਾਈਡ 1% ਹੁੰਦਾ, ਜਿਹੜਾ ਬਹੁਤ ਜ਼ਿਆਦਾ ਸਟਿੰਕੀਨੈਸ ਜਾਂ ਉਹਨੂੰ ਮਤਲਬ ਜਿਹੜਾ ਉਹਦਾ ਸਮੈਲ ਹੈ ਖਰਾਬ ਕਰਦਾ। ਵੱਖ ਵੱਖ ਲੋਕਾਂ ਨੇ ਵੱਖ ਵੱਖ ਭੋਜਨ ਖਾਇਆ ਹੋਏ ਅਤੇ ਵੱਖ ਵੱਖ ਕਿਸਮ ਦੀ ਗੈਸ ਵੀ ਬਣ ਸਕਦੀ ਆ। ਕੁਛ ਇੱਕ ਭੋਜਨ ਹੈਗੇ ਆ ਜਿਹਦੇ ਨਾਲ ਗੈਸ ਜ਼ਿਆਦਾ ਬਣਦੀ ਆ, ਉਹ ਹੈਗੀ ਪੱਤਾ ਗੋਭੀ, ਬਰੋਕਲੀ, ਚਣੇ ਅਤੇ ਰਾਜਮਾ। ਸੋ ਬੀਨਸ ਕੋਈ ਵੀ ਕਿਸਮ ਦੇ, ਬਰੋਕਲੀ ਅਤੇ ਪੱਤਾ ਗੋਭੀ। ਹੁਣ ਜਦੋਂ ਆਂਤੜੀ ਤੋਂ ਗੈਸ ਜਾ ਰਹੀ ਆ, ਸਾਡਾ ਜਿੱਥੋਂ ਰਿਲੀਜ਼ ਹੋਣੀ ਆ ਉਹਦਾ ਲਾਸਟ ਹਿੱਸਾ ਉਹਨੂੰ ਕਹਿੰਦੇ ਰੈਕਟਮ, REC2M, ਉਹਦੇ ਵਿੱਚੋਂ ਜਦੋਂ ਗੈਸ ਜਾ ਕੇ ਥੱਲੇ ਰਿਲੀਜ਼ ਹੋਣੀ ਆ, ਉਹ ਰੈਕਟਮ ਮੂਵ ਹੁੰਦਾ, ਵਾਈਬ੍ਰੇਟ ਹੁੰਦਾ,
ਤਾਂ ਇਹ ਆਵਾਜ਼ ਆਉਂਦੀ ਹੈ। ਹੁਣ ਅਗਰ ਆਪਾਂ ਗੈਸ ਆਈ ਆ ਅਤੇ ਉਹਨੂੰ ਰੋਕ ਲਿਆ ਤਾਂ ਕੀ ਹੋਊਗਾ? ਤਾਂ ਗੈਸ ਨੇ ਉੱਪਰ ਨੂੰ ਆ ਕੇ ਸਾਨੂੰ ਅਫਰੇਵਾਂ ਕਰਨਾ, ਉਲਟੀ ਹੋਣ ਨੂੰ ਆਉਣਾ, ਪੇਟ ਜਿਹੜਾ ਹੈਗਾ ਸਾਡਾ ਐਨ ਟਾਈਟ ਰਹੂਗਾ, ਦਰਦ ਹੋ ਸਕਦੀ ਆ, ਮੈਦੇ ਦੇ ਵਿੱਚ ਐਸਿਡ ਵੱਧ ਸਕਦਾ, ਮੈਦੇ ਦੇ ਉੱਤੇ ਸਾਡਾ ਹਾਰਟ ਹੈਗਾ, ਦਿਲ ਹੈਗਾ, ਉਹਦੀ ਧੜਕਣ ਵੱਧ ਸਕਦੀ ਆ, ਬਲੱਡ ਪ੍ਰੈਸ਼ਰ ਵੱਧ ਸਕਦਾ, ਹੋਰ ਨਹੀਂ ਤਾਂ ਹੋਰ ਬੰਦਾ ਜਿਹਨੇ ਗੈਸ ਪਾਸ ਕਰਨੀ ਸੀ ਨਹੀਂ ਕਰ ਰਿਹਾ ਬੈਠਾ, ਉਹਨੂੰ ਸਟ੍ਰੈਸ ਹੋਈ ਪਈ ਆ ਵੀ ਮੈਨੂੰ ਲੋਕ ਬੁਰੀ ਨਜ਼ਰ ਨਾਲ ਨਾ ਦੇਖਣ, ਵੀ ਮੈਂ ਬੜਾ ਸੱਭਿਆ ਹੈਗਾ ਲੇਕਿਨ ਮੈਨੂੰ ਹੁਣ ਗੈਸ ਆਈ ਆ, ਮੈਂ ਗੈਸ ਪਾਸ ਕੀਤੀ ਅਤੇ ਮੇਰੇ ਬਾਰੇ ਕੀ ਸੋਚਣਗੇ? ਸੋ ਮਾਨਸਿਕਤਾ ਦੇ ਉੱਤੇ ਅਸਰ ਪੈ ਰਿਹਾ। ਹੁਣ ਸਮਝੋ ਗੈਸ ਨਹੀਂ ਰਿਲੀਜ਼ ਹੋਈ ਔਰ ਗੈਸ ਤਾਂ ਸਰੀਰ 'ਚ ਆ ਗਈ, ਤਾਂ ਸਰੀਰ ਕੀ ਕਰਦਾ? ਸਰੀਰ ਤਾਂ ਆਪਣਾ ਕੰਮ ਕਰੀ ਜਾਣਾ, ਉਹ ਗੈਸ ਸਾਡੀ ਆਂਤਰੀਆਂ 'ਚੋਂ ਸੂਖਸ਼ਮ ਖੂਨ ਦੀ ਨਾੜੀਆਂ ਤੋਂ ਜਾ ਕੇ ਫਿਰ ਕਲੀਅਰ ਤਾਂ ਸਾਡੇ ਫੇਫੜੇ ਨੇ ਕਰਨੀ ਆ, ਔਰ ਸਾਡੀ ਜਿਹੜੀ ਮੂੰਹ ਆ ਉੱਤੋਂ ਵੀ ਬਦਬੂਦਾਰ ਸਮੈਲ ਆਏਗੀ ਜਦੋਂ ਆਪਾਂ ਸਾਹ ਬਾਹਰ ਲਵਾਂਗੇ। ਸੋ ਇਸ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਵੀ ਛਿੱਕ ਆਈ ਆ, ਅਗਰ ਤੁਸੀਂ ਮਾਰ ਸਕਦੇ ਤਾਂ ਮਾਰ ਲਓ, ਅਗਰ ਤੁਸੀਂ ਸੋਸ਼ਲ ਗੈਦਰਿੰਗ 'ਚ ਬੈਠੇ ਆ ਤਾਂ ਉਹਨੂੰ ਪ੍ਰੀਵੈਂਟ ਵੀ ਕਰ ਸਕਦੇ ਆ ਜਾਂ ਉਹਨੂੰ ਹਲਕੀ ਕਰ ਸਕਦੇ, ਸੇਮ ਗੈਸ ਵਾਸਤੇ। ਤੀਜੀ ਗੱਲ ਹੈਗੀ ਪਿਸ਼ਾਬ। ਹੁਣ ਪਿਸ਼ਾਬ ਜਿਹੜਾ ਨਾ ਸਾਡਾ 24 ਘੰਟੇ ਬਣਦਾ, ਦੋ ਗੁਰਦੇ ਆ ਉੱਥੋਂ ਟਿਊਬਸ ਆਉਂਦੀਆਂ ਅਤੇ ਸਾਡੇ ਪਿਸ਼ਾਬ ਦੀ ਥੈਲੀ 'ਚ ਇਕੱਠਾ ਹੁੰਦਾ ਅਤੇ ਬਾਹਰ, ਜਦ ਪਿਸ਼ਾਬ ਦੀ ਥੈਲੀ ਅੱਧੇ ਤੋਂ ਜ਼ਿਆਦਾ ਫਿੱਲ ਹੋ ਜਾਂਦੀ ਆ ਅਤੇ ਉੱਥੋਂ ਦੀ ਸਿਗਨਲ ਸਾਡੇ ਲੱਕ ਨੂੰ ਜਾਂਦਾ, ਜਦੋਂ ਆਪਾਂ ਸਪਾਈਨਲ ਕੋਰਡ ਕਹਿੰਦੇ ਆ ਰੀੜ ਦੀ ਹੱਡੀ, ਉੱਥੋਂ ਬ੍ਰੇਨ ਨੂੰ ਜਾਂਦਾ ਵੀ ਪਿਸ਼ਾਬ ਕਰ ਲਾ। ਹੁਣ ਕਾਫੀ ਟਰੱਕਰਸ ਜਿਹੜੇ ਹੈਗੇ ਆ ਬਹੁਤ ਲੰਬੇ ਰੂਟ ਤੱਕ ਉਹ ਜਾ ਰਹੇ ਹੁੰਦੇ ਆ, ਕੋਈ ਉੱਥੇ ਰੈਸਟ ਸਟੇਸ਼ਨ ਨਹੀਂ ਹੁੰਦਾ, ਗੈਸ ਸਟੇਸ਼ਨ ਨਹੀਂ ਹੁੰਦਾ, ਅਤੇ ਉਹਨਾਂ ਨੂੰ ਹੋਲਡ ਕਰਨਾ ਪੈਂਦਾ ਜਾਂ ਹੋਰ ਕੋਈ ਵੀ ਕਾਰਨ ਹੋ ਸਕਦਾ। ਅਤੇ ਉਹਦੇ ਵਿੱਚ ਇਹ ਆ ਵੀ ਅਗਰ ਆਪਾਂ ਹੋਲਡ ਕਰਦੇ ਰਹਿੰਦੇ ਪਿਸ਼ਾਬ, ਤਾਂ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਜਦੋਂ ਵੀ ਪਿਸ਼ਾਬ 'ਚ ਇਨਫੈਕਸ਼ਨ ਹੁੰਦਾ, ਜਿਹੜਾ ਬੈਕਟੀਰੀਆ ਈ ਕੋਲਾ ਹੈ ਉਹਨੂੰ ਆਪਾਂ ਕਹਿੰਦੇ ਹਾਂ, ਉਹ ਪਿਸ਼ਾਬ ਦੀ ਨਾਲੀ ਜਿੱਥੋਂ ਪਿਸ਼ਾਬ ਕਰਦੇ ਹਾਂ ਉੱਤੇ ਨੂੰ ਆ ਕੇ ਪਣਪਦਾ, ਅਗਰ ਥੋੜ੍ਹਾ ਬਹੁਤ ਪਣਪਦਾ ਪਿਸ਼ਾਬ ਕਰ ਲਈ ਉਹ ਫਿਰ ਬਾਹਰ ਚਲਾ ਜਾਂਦਾ, ਲੇਕਿਨ ਅਗਰ ਆਪਾਂ ਹੋਲਡ ਕਰਕੇ ਰੱਖੀਏ ਲੰਬੇ ਅਰਸੇ ਤੱਕ ਤਾਂ ਉਹ ਜ਼ਿਆਦਾ ਵੱਧ ਸਕਦਾ, ਉਹਦੇ ਨਾਲ ਇਨਫੈਕਸ਼ਨ ਹੋ ਸਕਦੀ ਹੈ। ਦੂਜਾ, ਸਾਡਾ ਪਿਸ਼ਾਬ ਦਾ ਬਲੈਡਰ ਆ ਉਹ ਲੋੜ ਨਾਲੋਂ ਜ਼ਿਆਦਾ ਸਟ੍ਰੈਚ ਹੋ ਸਕਦਾ, ਦਰਦ ਹੋ ਸਕਦੀ ਆ, ਪਿਸ਼ਾਬ ਬੈਕ ਨੂੰ ਜਾ ਸਕਦਾ, ਜਿੱਥੋਂ ਆਇਆ ਸੀ ਉੱਥੇ ਜਾ ਸਕਦਾ, ਕਿਉਂਕਿ ਹੁਣ ਬਲੈਡਰ ਫੁੱਲ ਆ, ਜਿਹੜੇ ਗੇਟਸ ਲੌਕ ਹੁੰਦੇ ਆ ਉਹ ਢਿੱਲੇ ਹੋ ਜਾਂਦੇ ਆ, ਉੱਪਰ ਨੂੰ ਜਾ ਸਕਦਾ, ਉਹਨੂੰ ਕਹਿੰਦੇ ਰੀਫਲਕਸ। ਅਤੇ ਬੰਦਿਆਂ ਦੇ ਵਿੱਚ ਜਿਹੜੀ ਗਦੂਦ ਜਾਂ ਪ੍ਰੋਸਟੇਟ ਹੁੰਦੀ ਆ ਉਹਦੇ ਉੱਤੇ ਪ੍ਰੈਸ਼ਰ ਪੈ ਕੇ ਉਹ ਵੱਧ ਸਕਦੀ ਆ। ਸੋ ਇਸ ਲਈ ਪਿਸ਼ਾਬ ਵੀ ਆਇਆ ਅਤੇ ਕਰ ਲਓ। ਕੁਛ ਇੱਕ ਚੀਜ਼ਾਂ ਜ਼ਿਆਦਾ ਪਿਸ਼ਾਬ ਕਰਦੀਆਂ, ਸ਼ੂਗਰ ਵਾਲੇ ਜੂਸ, ਕੈਫੀਨ ਪ੍ਰੋਡਕਟਸ ਜਿਵੇਂ ਆਪਾਂ ਕੋਕ, ਪੈਪਸੀ, ਰੂਟ ਬੀਅਰ, ਕੌਫੀ ਪੀਂਦੇ ਹਾਂ, ਡਾਰਕ ਚੋਕਲੇਟ। ਅਗਰ ਪਿਸ਼ਾਬ ਤੁਹਾਡਾ ਹਲਕੇ ਪੀਲੇ ਰੰਗ ਦਾ ਤਾਂ ਫਿਰ ਤੁਸੀਂ ਠੀਕ ਕਿਸਮ ਦਾ ਪਾਣੀ ਪੀ ਰਹੇ ਹੋ, ਅਗਰ ਪਿਸ਼ਾਬ ਤੁਹਾਡਾ ਪਾਣੀ ਰੰਗ ਦਾ ਹੀ ਆ ਤਾਂ ਇਹਦਾ ਮਤਲਬ ਇਹ ਵੀ ਪਾਣੀ ਲੋੜ ਨਾਲੋਂ ਥੋੜ੍ਹਾ ਜ਼ਿਆਦਾ ਪੀ ਲਿਆ। ਸੋ ਪਾਣੀ ਓਨਾ ਹੀ ਪੀਓ ਜਿੰਨਾ ਸਰੀਰ ਤੁਹਾਨੂੰ ਇਜਾਜ਼ਤ ਦਿੰਦਾ, ਇੱਦਾਂ ਨਹੀਂ ਵੀ 6 ਗਲਾਸ ਆਪਾਂ ਪੀ ਕੇ ਹਟਨੇ ਆ, ਉਹ ਧਾਰਨਾ ਖਤਮ ਹੈਗੀ ਆ, ਕਿਉਂਕਿ ਹਰ ਇੱਕ ਦਾ ਸਰੀਰ ਅਲੱਗ ਆ, ਹਰ ਇੱਕ ਦਾ ਜਿਹੜਾ ਹੈਗਾ ਬਲੈਡਰ ਦੀ ਕਪੈਸਿਟੀ ਅਲੱਗ ਆ, ਜਦੋਂ ਤੁਹਾਨੂੰ ਪਿਆਸ ਲੱਗਦੀ ਉਦੋਂ ਪਾਣੀ ਪੀਓ। ਸੋ ਅੱਜ ਦਾ ਜਿਹੜਾ ਹੈਲਥ ਸੈਗਮੈਂਟ ਸੀ ਉਹ ਸੀ ਵੀ ਆਪਾਂ ਸਰੀਰ ਦੀ ਜਿਹੜੀ ਕਿਰਿਆ ਚੱਲ ਰਹੀ ਆ ਉਹ ਆਪਾਂ ਨਾ ਰੋਕੀਏ, ਕਿਉਂਕਿ ਇਹ ਕੁਦਰਤ ਦੇ ਨਿਯਮ ਦੇ ਚੱਲ ਰਹੀ ਹੈ, ਉਹਦੇ 'ਚ ਉਲੰਘਣਾ ਕਰੋਗੇ ਤਾਂ ਨੁਕਸਾਨ ਹੋ ਸਕਦਾ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਵਾਂਗੇ, ਇੱਕ ਪਿਆੜਾ ਜਿਹਾ ਇੰਟਰਵਿਊ ਹੈਗਾ ਔਰ ਬਹੁਤ ਹੀ ਉਹ ਨਾਮਵਰ ਸ਼ਖਸੀਅਤ ਹੈਗੀ, ਤੁਸੀਂ ਸਾਰੇ ਹੀ ਜਾਣਦੇ ਹੋ, ਤਰੰਨਮ ਥਿੰਦ, ਬੜੇ ਹੀ ਮਿਊਜ਼ਿਕ ਬੜੇ ਹੀ ਅੰਦਾਜ਼ ਦੇ ਨਾਲ ਬੋਲਦੇ ਆ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ। ਡਾਕਟਰ ਭੁਰਜੀ ਸ਼ੋਅ 'ਚ ਤੁਹਾਡਾ ਨਿੱਘਾ ਸਵਾਗਤ ਹੈ। ਜਿੱਦਾਂ ਮੈਂ ਦੱਸਿਆ ਸੀ ਵੀ ਅੱਜ ਸਾਡੇ ਸ਼ੋਅ 'ਚ ਇਹ ਜਿਹੜਾ ਸਟੂਡੀਓ ਨਾ ਵਾਈਬ੍ਰੇਟ ਕਰ ਰਿਹਾ ਸਾਊਂਡ ਦੇ ਨਾਲ, ਮਿਊਜ਼ਿਕ ਦੇ ਨਾਲ, ਧੁਨੀ ਦੇ ਨਾਲ, ਕਿਉਂਕਿ ਜਿਹੜੇ ਸਾਡੇ ਗੈਸਟ ਆਏ ਆ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ, ਉਹ ਕੋਈ ਤਾਰੁਫ ਦੇ ਮੁਹਤਾਜ ਨਹੀਂ ਹੈ। ਤੁਸੀਂ ਉਹਨਾਂ ਨੂੰ ਬੜੇ ਲੰਬੇ ਅਰਸੇ ਤੋਂ ਦੇਖ ਰਹੇ ਹੋ, ਬਹੁਤ ਉਮਦਾ ਟੈਲੀਵਿਜ਼ਨ ਪਰਸਨੈਲਿਟੀ, ਉਸ ਤੋਂ ਉਮਦਾ MC ਔਰ ਮੇਰੀ ਛੋਟੀ ਭੈਣ ਮੁਰਾਦ ਤਰੰਨਮ ਥਿੰਦ ਤੋਂ। ਸੋ ਤਰੰਨਮ ਜੀ, ਤੁਹਾਡਾ ਸਾਡੇ ਸਟੂਡੀਓ 'ਚ ਨਿੱਘਾ ਸਵਾਗਤ ਹੈ। ਥੈਂਕ ਯੂ ਡਾਕਟਰ ਭੁਰਜੀ, ਵਾਟ ਐਨ ਆਨਰ ਮੇਰੇ ਵਾਸਤੇ। ਕਿੱਦਾਂ ਮਹਿਸੂਸ ਹੋ ਰਿਹਾ? ਕੋਈ ਡਰ ਡੁਰ ਤਾਂ ਨਹੀਂ ਲੱਗ ਰਿਹਾ? ਟੀਕੇ ਤੁਹਾਡੇ ਟੀਕੇ ਤੋਂ ਮੈਨੂੰ ਬਹੁਤ ਡਰ ਲੱਗਦਾ, ਬਾਕੀ ਤੁਹਾਡੇ ਤੋਂ ਨਹੀਂ। ਮੈਂ ਆਮ ਲੁਕਿੰਗ ਫੋਰਵਰਡ ਟੂ ਇਟ। ਕੀ ਬਾਤ ਹੈ। ਹਾਂ, ਸੋ ਤੁਸੀਂ ਓਮਨੀ ਟੈਲੀਵਿਜ਼ਨ ਦੇ ਨਾਲ, ਤੁਸੀਂ ਰੇਡੀਓ ਦੇ ਨਾਲ, ਤੁਸੀਂ ਬਹੁਤ ਸਾਰੇ ਸੋਸ਼ਲ ਇਵੈਂਟਸ ਹੈਗੇ ਆ, ਫੰਡ ਰੇਜ਼ਿੰਗ ਹੈਗੇ ਆ, ਔਰ ਜਿਹੜੇ ਮਤਲਬ ਪ੍ਰੀਮੀਅਰ ਇਵੈਂਟਸ ਹੁੰਦੇ ਆ ਉਹਦੇ ਵਿੱਚ ਤੁਸੀਂ ਸ਼ਿਰਕਤ ਕਰਦੇ ਹੋ, ਇਹ ਸਾਰਾ ਜਿਹੜਾ ਸਫ਼ਰ ਹੈਗਾ ਇਹ ਕਿੱਦਾਂ ਸ਼ੁਰੂ ਹੁੰਦਾ?
ਚਲੋ ਆਪਣੇ ਕੋਲ ਹੈਗੇ ਨਾ 1 ਘੰਟਾ ਆਰਾਮ ਨਾਲ ਗੱਲਾਂ ਕਰਾਂਗੇ ਪਾਰਟ 2 ਕਰ ਲਵਾਂਗੇ ਆਪਾਂ ਡਾਕਟਰ ਭੁਰਜੀ ਮੇਰਾ ਨਾ ਜਿਹੜੀ ਪਰਵਰਿਸ਼ ਹੈਗੀ ਆ ਉਹ ਆਰਟਿਸਟਿਕ ਮਾਹੌਲ ਦੇ ਵਿੱਚ ਹੋਈ ਸੀ ਕੀ ਬਾਤ ਹੈ ਸੋ ਪਾਪਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਰਾਮਾ ਡਿਪਾਰਟਮੈਂਟ ਸੀਗੇ ਜੀ ਸੋ ਬਚਪਨ 'ਚ ਦੋਵੇਂ ਥੀਏਟਰ ਐਕਟਰ ਸੀ ਮਮ ਐਂਡ ਡੈਡ ਸੋ ਜਿਹੜਾ ਐਟਮੋਸਫੀਅਰ ਸੀ ਨਾ ਉਹ ਬਸ ਆਰਟਿਸਟ ਦਾ ਹੀ ਸੀ ਰਾਤ ਨੂੰ ਮਹਿਫਲਾਂ ਲੱਗਣੀਆਂ ਰਿਹਰਸਲਸ ਹੋ ਰਹੀਆਂ ਹੋਣੀਆਂ ਗ੍ਰੀਨ ਰੂਮਸ ਮੇਕਅਪ ਆਲ ਆਫ ਦੈਟ ਸਟੱਫ ਸੋ ਆਈ ਗਰੂ ਅਪ ਅਰਾਊਂਡ ਦੈਟ ਮੈਨੂੰ ਜਿਹੜੀ ਉਹ ਝਿਜਕ ਨਹੀਂ ਹੁੰਦੀ ਬੱਚਿਆਂ ਨੂੰ ਫੀਅਰ ਹੁੰਦਾ ਸਟੇਜ ਫੀਅਰ ਹੁੰਦਾ ਬਹੁਤ ਛੇਤੀ ਚਲਾ ਗਿਆ ਸੀਗਾ ਕਿਉਂਕਿ ਜਦੋਂ ਤੁਸੀਂ 3-4 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਕਿਹਾ ਜਾਂਦਾ ਕਿ ਸਟੇਜ 'ਤੇ ਪਰਫੋਰਮ ਕਰੋ ਤੁਹਾਨੂੰ ਸਟੇਜ ਫੀਅਰ ਨਹੀਂ ਰਹਿੰਦਾ ਫਿਰ ਸੋ ਆਈ ਥਿੰਕ ਦੈਟ ਹੈਜ਼ ਅ ਲੋਟ ਟੂ ਡੂ ਵਿਦ ਇਟ ਤਾਂ ਹੀ ਬਾਕੀ ਜਿਹੜੇ ਟੈਲੀਵਿਜ਼ਨ ਹੈਗਾ ਰੇਡੀਓ ਹੈਗਾ ਐਂਡ ਆਫਕੋਰਸ ਸਟੇਜ ਹੈ ਉਹਦੇ ਮੇਰਾ ਖਿਆਲ ਥੋੜ੍ਹੀਆਂ ਬ੍ਰਾਂਚਿਜ਼ ਨੇ ਇਟਸ ਆਲ ਦਾ ਸੇਮ ਇਫ ਯੂ ਥਿੰਕ ਅਬਾਊਟ ਇਟ ਮੀਡੀਅਮ ਡਿਫਰੈਂਟ ਨੇ ਪਰ ਹੈ ਤਾਂ ਉਹੀ ਕਿ ਲੋਕਾਂ ਨਾਲ ਇੰਟਰੈਕਟ ਕਰਨਾ ਸੋ ਦੈਟ ਸਟਾਰਟਡ ਵੈਰੀ ਅਰਲੀ ਔਨ ਜਦੋਂ ਤੁਸੀਂ ਇੱਥੇ ਆਏ ਜਿੱਦਾਂ ਤੁਹਾਡੀ ਪਰਵਰਿਸ਼ ਮੇਰੇ ਖਿਆਲ ਨਾਲ ਹਿੰਦੁਸਤਾਨ ਦੇ ਵਿੱਚ ਕਿੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਚੰਡੀਗੜ੍ਹ ਵਿੱਚ ਚੰਡੀਗੜ੍ਹ ਹਾਂਜੀ ਪ੍ਰੀਮੀਅਰ ਸਿਟੀ ਹਾਂਜੀ ਰਿਚ ਮਾਹੌਲ ਕਲਚਰ ਮਤਲਬ ਇੱਕਦਮ ਵਧੀਆ ਇੱਥੇ ਆ ਕੇ ਕਿੱਦਾਂ ਮਹਿਸੂਸ ਹੋਇਆ ਇਟ ਵਾਸ ਵੈਰੀ ਮਲਟੀਕਲਚਰਲ ਚੰਡੀਗੜ੍ਹ ਆਈ ਥਿੰਕ ਲਾਈਕ ਮੋਸਟ ਆਫ ਦ ਸਿਟੀਜ਼ ਇਨ ਇੰਡੀਆ ਇਹ ਨਹੀਂ ਕਿ ਸਿਰਫ ਉੱਥੇ ਪੰਜਾਬੀ ਨੇ ਉੱਥੇ ਗੁਜਰਾਤੀ ਵੀ ਨੇ ਬੰਗਾਲੀ ਵੀ ਨੇ ਸਾਊਥ ਇੰਡੀਅਨ ਵੀ ਨੇ ਦੈਟ ਵਾਸ ਵੰਡਰਫੁਲ ਟੂ ਗਰੋ ਅਪ ਇਨ ਦੈਟ ਐਟਮੋਸਫੀਅਰ ਹੈ ਨਾ ਇੱਥੇ ਆ ਕੇ ਬਹੁਤ ਵਧੀਆ ਲੱਗਿਆ 20 ਸਾਲ ਹੋ ਗਏ ਨੇ ਇੱਥੇ ਆਇਆਂ ਨੂੰ ਮੇਰੀ ਪੰਜਾਬੀ ਇੱਥੇ ਆ ਕੇ ਪੋਲਿਸ਼ ਹੋ ਗਈ ਚੰਡੀਗੜ੍ਹ ਦੇ ਬੱਚੇ ਥੋੜ੍ਹੇ ਜਿਹੇ ਸ਼ਹਿਰੀ ਹੁੰਦੇ ਆ ਸੋ ਉਹਨਾਂ ਦੀ ਪੰਜਾਬੀ ਹਿੰਦੀ ਇੰਗਲਿਸ਼ ਸਾਰਾ ਕੁਝ ਹਾਈਬ੍ਰਿਡ ਹੁੰਦਾ ਜਿੱਦਾਂ ਮੇਰੀ ਬੰਬੇ ਸਟਾਈਲ ਹਾਂਜੀ ਬੇਲਪੁਰੀ ਸਟਾਈਲ ਹੁੰਦੀ ਦੈਟਸ ਰਾਈਟ ਸੋ ਮੈਨੂੰ ਪੰਜਾਬੀ ਕਲਚਰ ਬਾਰੇ ਪੰਜਾਬੀ ਲੈਂਗੁਏਜ ਬਾਰੇ ਬਹੁਤ ਕੁਝ ਇੱਥੇ ਆ ਕੇ ਸਿੱਖਣ ਨੂੰ ਮਿਲਿਆ ਤੇ ਇੱਥੇ ਤੁਸੀਂ ਜਿਹੜੀ ਮਤਲਬ ਸ਼ੁਰੂਆਤ ਕੀਤੀ ਆਫ ਕੋਰਸ ਤੁਸੀਂ ਮੀਡੀਆ ਦੇ ਨਾਲ ਰਿਲੇਟਡ ਹੋ ਔਰ ਬੜੀ ਨਾਮਵਰ ਸ਼ਖਸੀਅਤ ਆ ਮੇਰੇ ਖਿਆਲ ਨਾਲ ਕੋਈ ਵੀ ਇਨਸਾਨ ਜਿਹੜਾ ਮੇਰੇ ਖਿਆਲ ਨਾਲ ਕੈਨੇਡਾ ਕੀ ਨੌਰਥ ਅਮੈਰੀਕਾ 'ਚ ਉਹ ਸਾਰੇ ਤੁਹਾਡੇ ਨਾਮ ਨਾਲ ਵਾਕਫ ਹੈ ਸੋ ਇਹ ਨਾਮ ਤੁਸੀਂ ਕਿੱਦਾਂ ਬਿਲਡ ਕੀਤਾ ਵੀ ਤਰਨਮ ਮਤਲਬ ਉਸ ਸਟੇਜ 'ਚ ਕਿੱਦਾਂ ਪਹੁੰਚੇ ਡਾਕਟਰ ਭੁਰਜੀ ਮੇਰਾ ਨਾਮ ਸ਼ੁਰੂ ਤੋਂ ਇੱਕੋ ਹੀ ਮਕਸਦ ਸੀ ਕਿ ਜੋ ਕੰਮ ਕਰਨਾ ਉਹ ਪੂਰੀ ਸ਼ਿੱਦਤ ਨਾਲ ਕਰਨਾ ਕੋਈ ਵੀ ਕੰਮ ਹੋਵੇ ਟੈਲੀਵਿਜ਼ਨ ਦਾ ਸਬੱਬ ਸੀ ਜਿਹੜਾ ਉਹ ਬਾਈ ਚਾਂਸ ਸੀ ਹੋਇਆ ਮੈਂ ਕਾਲਜ ਜਾ ਰਹੀ ਸੀ ਉਸ ਵੇਲੇ ਕੰਪਿਊਟਰਸ ਪੜ੍ਹ ਰਹੀ ਸੀ ਟੈਲੀਵਿਜ਼ਨ ਨਾਲ ਕੋਈ ਨਾਤਾ ਨਹੀਂ ਸੀ ਹਾਂ ਇਹ ਜ਼ਰੂਰ ਸੋਚਿਆ ਸੀ ਕਿ ਇੱਕ ਦਿਨ BCIT ਦੇ ਜਰਨਲਿਜ਼ਮ ਪ੍ਰੋਗਰਾਮ ਦੇ ਵਿੱਚ ਜ਼ਰੂਰ ਜਾਣਾ ਸੋ ਆਈ ਵਾਜ਼ ਗੀਅਰਿੰਗ ਅਪ ਫੋਰ ਦੈਟ ਪਰ ਉਸ ਤੋਂ ਪਹਿਲਾਂ ਇੱਕ 2002-2003 ਦੇ ਵਿੱਚ ਇੱਕ ਟੈਲੀਵਿਜ਼ਨ ਸ਼ੋਅ ਲਾਂਚ ਹੋ ਰਿਹਾ ਸੀਗਾ ਅਤੇ ਉਹਦੇ ਆਡੀਸ਼ਨ ਵਾਸਤੇ ਇੱਕ ਸ਼ੋਅ ਦੇ ਵਿੱਚ ਕਾਲ ਆਈ ਸੀ ਅਤੇ ਉਹਨਾਂ ਦੀ ਸਿਰਫ ਇੱਕ ਰਿਕੁਆਇਰਮੈਂਟ ਸੀ ਕਿ ਜੇ ਤੁਸੀਂ ਹਿੰਦੀ ਬੋਲ ਸਕਦੇ ਹੋ ਅਤੇ ਪੰਜਾਬੀ ਬੋਲ ਸਕਦੇ ਹੋ ਸੋ ਮੈਂ ਕਿਹਾ ਮੈਂ ਹਿੰਦੀ ਵੀ ਬੋਲ ਸਕਦੀ ਹਾਂ ਪੰਜਾਬੀ ਵੀ ਬੋਲ ਸਕਦੀ ਹਾਂ ਲੈਟਸ ਟਰਾਈ ਵਟਸ ਦੇਅਰ ਟੂ ਲੂਜ਼ ਇਫ ਯੂ ਥਿੰਕ ਅਬਾਊਟ ਇਟ ਹੈ ਨਾ ਸੋ ਆਈ ਵੈਂਟ ਫੋਰ ਦੀ ਆਡੀਸ਼ਨ ਆਈ ਗੋਟ ਦ ਸ਼ੋਅ ਜੋ ਕੁਛ ਸਿੱਖਿਆ ਜੋਬ 'ਤੇ ਸਿੱਖਿਆ ਬ੍ਰੋਡਕਾਸਟਿੰਗ ਸਕੂਲ ਬਾਅਦ 'ਚ ਜ਼ਰੂਰ ਗਈ ਪਰ ਆਈ ਥਿੰਕ ਜੋ ਕੁਛ ਮੈਂ ਬਿਹਾਈਂਡ ਦ ਸੀਨਸ ਟੈਲੀਵਿਜ਼ਨ ਕ੍ਰੀਏਟ ਕਰਨ ਦੇ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਔਨ ਕੈਮਰਾ ਕੀ ਮਿਹਨਤ ਲੱਗਦੀ ਹੈ ਪ੍ਰੋਡਿਊਸਿੰਗ ਰਾਈਟਿੰਗ ਡਾਇਰੈਕਟਿੰਗ ਉਹ ਸਾਰਾ ਕੁਛ ਜੋਬ 'ਤੇ ਹੀ ਸਿੱਖਿਆ ਸੋ ਇਹ ਨਹੀਂ ਸੀ ਮਕਸਦ ਕਿ ਪਾਪੂਲਰ ਹੋਣਾ ਮਕਸਦ ਇਹ ਸੀ ਵੀ ਜੋ ਕੰਮ ਕਰਨਾ ਮਿਹਨਤ ਨਾਲ ਕਰਨਾ ਅਤੇ ਕਦੇ ਫੋਰ ਗ੍ਰਾਂਟਿਡ ਨਹੀਂ ਲੈਣਾ ਉਹ ਅੱਜ ਤੱਕ ਵੀ ਮੇਰਾ ਉਹੀ ਹੈ ਕਿ ਮੈਂ ਹਾਲੇ ਵੀ ਆਈ ਗੈਟ ਬਟਰਫਲਾਈਜ਼ ਹਾਲੇ ਵੀ ਮੈਨੂੰ ਆਇਆ ਹੁੰਦਾ ਮੈਂ ਠੀਕ ਕਰ ਰਹੀ ਹਾਂ ਨਹੀਂ ਕਰ ਰਹੀ ਹਾਂ ਮੈਂ ਕਦੇ ਆਈ ਡੋਂਟ ਟੇਕ ਇਟ ਫੋਰ ਗ੍ਰਾਂਟਿਡ ਆਈ ਪੁੱਟ ਇਨ ਅ ਲੋਟ ਆਫ ਵਰਕ ਆਈ ਪੁੱਟ ਇਨ ਅ ਲੋਟ ਆਫ ਹੋਮਵਰਕ ਆਈ ਪੁੱਟ ਇਨ ਅ ਲੋਟ ਆਫ ਰਿਸਰਚ ਕਦੇ ਇਹ ਨਹੀਂ ਸੋਚਿਆ ਵੀ ਚਲੋ ਹੁਣ ਤਾਂ ਪਾਪੂਲਰ ਹੈ ਹੁਣ ਤਾਂ ਲੋਕ ਜਾਣਦੇ ਚਲ ਕੋਈ ਨਾ ਕੈਮਰਾ ਔਨ ਕਰਕੇ ਬਹਿ ਜਾਂਦੇ ਹਾਂ ਸੋ ਦੈਟਸ ਵਨ ਥਿੰਗ ਆਈ ਨੈਵਰ ਟੇਕ ਫੋਰ ਗ੍ਰਾਂਟਿਡ ਸੋ ਅਜੇ ਵੀ ਮਿਹਨਤ ਕਰੀ ਜਾਂਦੇ ਜੀ 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 ਅਜੇ ਵੀ ਤੁਹਾਡਾ ਡਿਸਿਪਲਿਨ ਹੈਗਾ ਨਿਯਮ ਹੈਗਾ ਔਰ ਤਾਂ ਹੀ ਜਿਹੜਾ ਡਿਲੀਵਰੀ ਹੈਗੀ ਆ ਉਹ ਇੰਨੀ ਵਧੀਆ ਹੁੰਦੀ ਹੈ ਸੋ ਮੈਂ ਇੱਕ ਵਾਰੀ ਪੜ੍ਹਿਆ ਵੀ ਸੀ ਅਤੇ ਤੁਸੀਂ ਬੋਲਿਆ ਵੀ ਸੀ ਵੀ ਜਦੋਂ ਤੁਹਾਡੇ ਹੱਥ 'ਚ ਮਾਈਕ ਹੁੰਦਾ ਔਰ ਕੈਮਰਾ ਸਾਹਮਣੇ ਹੁੰਦਾ ਉਦੋਂ ਤਰਨਮ ਖਿੜ ਜਾਂਦੀ ਹੈ ਸੁਰ ਜਿਹੜੇ ਹੈਗੇ ਆ ਆਪੇ ਵੱਜਣੇ ਸ਼ੁਰੂ ਸੁਰਾਂ ਦਾ ਤਾਂ ਨਹੀਂ ਪਤਾ ਮੈਨੂੰ ਇੱਕ ਤਾਂ ਨਾ ਤਰਨਮ ਨਾਂ ਨਾਲ ਇੰਨੀ ਗਲਤ ਫਹਿਮੀ ਹੈ ਨਾ ਲੋਕਾਂ ਨੂੰ ਬਿਕੋਜ਼ ਆਈ ਥਿੰਕ ਸਭ ਨੂੰ ਲੱਗਦਾ ਕਿ ਬੜਾ ਸੋਹਣਾ ਗਾਉਂਦੀ ਹੋਏਗੀ ਗਾਂਧੀ ਤੇ ਗਾ ਕੇ ਦੱਸੋ ਸਾਨੂੰ ਮੈਨੂੰ ਲੱਗਦਾ ਨਾ ਪਾਪਾ ਕਿਉਂਕਿ ਆਪ ਸਿੰਗਿੰਗ ਨਾਲ ਉਹਨਾਂ ਦਾ ਬਹੁਤ ਲਗਾ ਸੀ ਉਹ ਯਮਲਾ ਜੀ ਦੇ ਸ਼ਾਗਿਰਦ ਸੀਗੇ ਜੀ ਸੋ ਪਾਪਾ ਜੀ ਪਾਪਾ ਨੂੰ ਮੈਨੂੰ ਲੱਗਦਾ ਉਹਨਾਂ ਨੇ ਕਿਤੇ ਦਿਲ 'ਚ ਤਮੰਨਾ ਹੋਣੀ ਹੈ ਵੀ ਮੇਰੇ ਬੱਚੇ ਵੀ ਗਾਣਗੇ ਤਾਂ ਕਰਕੇ ਨਾ ਤਰਨਮ ਰੱਖ ਦਿੱਤਾ ਬਟ ਮੇਰਾ ਸਿੰਗਿੰਗ ਟੈਲੈਂਟ ਮੈਂ ਆਪਣੀ ਮਦਰ ਤੋਂ ਲਿਆ ਵਿਚ ਇਜ਼ ਯੂ ਨੋ ਪ੍ਰੀਟੀ ਮੱਚ ਜ਼ੀਰੋ ਇਫ ਯੂ ਥਿੰਕ ਅਬਾਊਟ ਇਟ ਸੋ ਮੈਂ ਗਾ ਤਾਂ ਨਹੀਂ ਸਕਦੀ ਪਰ ਮੇਰੇ ਨਾਨਾ ਜੀ ਹਮੇਸ਼ਾ ਕਹਿੰਦੇ ਹੁੰਦੇ ਕਹਿੰਦੇ ਕੋਈ ਗੱਲ ਨਹੀਂ ਤੂੰ ਬੋਲ ਲੈਣੀ ਹੈ ਤਰਨਮ ਦੇ ਵਿੱਚ ਸਾਡੇ ਵਾਸਤੇ ਇੰਨਾ ਹੀ ਕਾਫੀ ਹੈ ਕੀ ਬਾਤ ਹੈ ਸੋ ਆਈ ਥਿੰਕ ਇਹੀ ਤੁਹਾਡੇ ਜਿਹੜੇ ਅਲਫਾਜ਼ ਹੈਗੇ ਆ ਉਹਦੀ ਜਿਹੜੀ ਫ੍ਰੀਕੁਐਂਸੀ ਆ ਉਹਦੀ ਜਿਹੜੀ ਵਾਈਬ੍ਰੇਸ਼ਨਸ ਆ ਉਹ ਸਾਨੂੰ ਇੱਕ ਸੌਂਗ ਵਾਂਗਰ ਇੱਕ ਗਾਣੇ ਵਾਂਗਰ ਮਹਿਸੂਸ ਹੁੰਦੀ ਹੈ ਤਾਂ ਹੀ ਲੋਕ ਇੰਨੇ ਤੁਹਾਡੇ ਨਾਲ ਅਟੈਚਡ ਹੈਗੇ ਸੋ
ਇੱਥੇ ਜਿਵੇਂ ਓਮਨੀ ਦੇ ਨਾਲ ਤੁਸੀਂ ਹੁਣ ਫਿਰ ਦੁਬਾਰਾ ਮਤਲਬ ਪਹਿਲੋਂ ਵੀ ਸੀ ਹੁਣ ਵੀ ਹੈਗੇ ਹੋ, ਤੁਹਾਡੇ ਆਪ ਦਾ ਪ੍ਰੋਗਰਾਮ ਸੀ, ਚਾਏ ਟਾਈਮ ਵੀ ਸੀ, ਐਂਟਰਟੇਨਮੈਂਟ ਸ਼ੋਅ ਵੀ ਸੀ, ਹੁਣ ਤੁਸੀਂ ਫੁੱਲ ਐਸੇ ਰਿਪੋਰਟਰ ਹੈਗੇ ਹੋ ਜੀ। ਸੋ ਇਹ ਕਿੱਦਾਂ ਬੈਲੈਂਸ ਕਰਦੇ ਹੋ, ਤੁਹਾਡੀ ਫੈਮਿਲੀ ਵੀ ਹੈਗੀ, ਬੱਚੇ ਵੀ ਹੈਗੇ, ਪਤੀ ਦੇ ਪਰਮੇਸ਼ਵਰ ਵੀ ਹੈਗੇ ਆ, ਸਾਰਾ ਕੁਛ ਕਿੱਦਾਂ ਹੁੰਦਾ? ਆਈ ਥਿੰਕ ਬੈਲੈਂਸ ਇਸੇ ਲਈ ਕਰਦੀ ਹਾਂ ਕਿਉਂਕਿ ਫੈਮਿਲੀ ਹੈਗੀ ਆ। ਜੇ ਫੈਮਿਲੀ ਦੀ ਸਪੋਰਟ ਨਾ ਹੋਵੇ ਤਾਂ ਬੈਲੈਂਸ ਕਰਨਾ ਬਹੁਤ ਮੁਸ਼ਕਿਲ ਹੈ, ਖਾਸ ਕਰ ਇੱਕ ਔਰਤ ਵਾਸਤੇ। ਪਰ ਜਿਹੜੀ ਸਪੋਰਟ, ਜਿਹੜਾ ਕੋਨਫੀਡੈਂਸ, ਜਿਹੜੀ ਹੱਲਾਸ਼ੇਰੀ ਮੈਨੂੰ ਘਰ 'ਚੋਂ ਮਿਲਦੀ ਹੈ, ਜੇ ਉਹ ਨਾ ਹੁੰਦੀ ਦੈਨ ਆਈ ਵੋਂਟ ਬੀ ਐਨੀਵੇਅਰ। ਇਨ ਫੈਕਟ ਰਿਜ਼, ਮਾਈ ਹਸਬੈਂਡ, ਵਾਜ਼ ਦਾ ਵਨ ਹੂ ਡਰੈਗ ਮੀ ਟੂ ਮਾਈ ਫਸਟ ਆਡੀਸ਼ਨ। ਉਹਨੇ ਜਦੋਂ ਮੈਂ ਥੋੜ੍ਹਾ ਜਿਹਾ ਡਾਊਟ ਦਿਖਾ ਰਹੀ ਸੀ ਕਿ ਇਹਨਾਂ ਨੇ ਟੈਲੀਵਿਜ਼ਨ 'ਤੇ ਅਨਾਊਂਸ ਕੀਤਾ ਕਿ ਇਹਨਾਂ ਨੂੰ ਹੋਸਟ ਦੀ ਲੋੜ ਹੈ, ਰਿਜ਼ ਮੈਨੂੰ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ, ਵੀ ਵਰ ਡੇਟਿੰਗ ਐਟ ਦੈਟ ਟਾਈਮ, ਐਂਡ ਹੀ ਵਾਜ਼ ਆਫਕੋਰਸ ਜਾਣਾ ਚਾਹੀਦਾ, ਮੈਂ ਤੈਨੂੰ ਲੈ ਕੇ ਜਾਊਂਗਾ। ਸੋ ਉਹ ਜਿਹੜਾ ਕੋਨਫੀਡੈਂਸ ਹੈ, ਕਈ ਵਾਰੀ ਤੁਹਾਨੂੰ ਆਪਣੇ ਆਪ 'ਚ ਫੇਥ ਨਹੀਂ ਰਹਿੰਦੀ, ਪਰ ਜਿਹੜੇ ਤੁਹਾਡੇ ਆਲੇ ਦੁਆਲੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ, ਜੇ ਉਹ ਥੋੜ੍ਹੀ ਜਿਹੀ ਫੇਥ ਸ਼ੋਅ ਕਰਨ, ਦੈਨ ਯੂ ਕੈਨ ਡੂ ਵੰਡਰਸ, ਐਂਡ ਦੈਟਸ ਵਾਟ ਆਈ ਗੈਟ ਫਰੋਮ ਮਾਈ ਫੈਮਿਲੀ, ਵੈਦਰ ਇਟਸ ਮਾਈ ਮਾਮ, ਵੈਦਰ ਇਟਸ ਮਦਰ ਇਨ ਲਾਅ, ਫਾਦਰ ਇਨ ਲਾਅ, ਕਿਡਸ, ਦੇ ਵਰ ਸੋ ਐਕਸਾਈਟਡ ਦਿਸ ਮਾਰਨਿੰਗ ਕਿ ਮੈਂ ਇੱਥੇ ਆ ਰਹੀ ਸੀ ਅੱਜ, ਬਟ ਆਈ ਐਮ ਬੀਇੰਗ ਇੰਟਰਵਿਊਡ, ਬਿਕਾਜ਼ ਦੇ ਆਲਵੇਜ਼ ਸੀਨ ਮੀ ਡੂ ਦ ਇੰਟਰਵਿਊਸ। ਸੋ ਨਹੀਂ, ਉਹ ਸਪੋਰਟ ਤੋਂ ਬਿਨਾਂ ਡਾਕਟਰ ਭੁਰਜੀ, ਆਈ ਕੁਡਨਟ ਡੂ ਵਾਟ ਆਈ ਐਮ ਡੂਇੰਗ। ਜਿੱਦਾਂ ਆਮ ਧਾਰਨਾ ਹੈਗੀ ਆ ਵੀ ਹਰ ਸਕਸੈਸਫੁਲ ਬੰਦੇ ਪਿੱਛੇ ਬੜੀ ਸਕਸੈਸਫੁਲ ਉਹਦੀ ਪਾਰਟਨਰ ਜਾਂ ਵਾਈਫ ਜਾਂ ਮਤਲਬ ਜੋ ਵੀ ਸਪਾਊਸ ਹੁੰਦਾ, ਬਟ ਤੁਹਾਡੇ ਪਿੱਛੇ ਇੱਕ ਬੜਾ ਸਕਸੈਸਫੁਲ ਮੇਲ ਐਂਕਰ ਜਿਹੜਾ ਹੈਗਾ, ਮੁੰਡਾ ਮਤਲਬ ਤੁਹਾਡਾ ਐਂਕਰ ਵਾਂਗਰ ਜਿਹੜਾ ਹੈਗਾ ਸਪੋਰਟ ਕਰਦਾ। ਸੋ ਜਦੋਂ ਆਪਾਂ ਸਕ੍ਰਿਪਟ ਲਿਖਦੇ ਹਾਂ ਕੋਈ ਵੀ ਚੀਜ਼ ਦੀ, ਉਹ ਕਿੱਦਾਂ ਮਤਲਬ ਲਿਖੀ ਜਾਂਦੀ ਹੈ? ਬੜੇ ਅਲਫਾਜ਼ ਇਕੱਠੇ ਕਰਨੇ ਪੈਂਦੇ ਆ ਕਿ ਉਹ ਸਾਰਾ ਕੁਛ ਚੇਂਜ ਹੋ ਜਾਂਦਾ ਜਦੋਂ ਕੈਮਰਾ ਔਨ ਹੁੰਦਾ? ਆਈ ਥਿੰਕ ਮੈਂ ਆਈ ਬਿਲੀਵ ਇਨ ਸਕ੍ਰਿਪਟਸ, ਮੈਂ ਥੋੜ੍ਹਾ ਜਿਹਾ ਆਈ ਹੈਵ ਟੂ ਰਾਈਟ ਇਟ ਔਨ ਪੇਪਰ। ਮੈਂ ਤੁਹਾਡੇ ਵਾਂਗੂ, ਯੂ ਨੋ ਹਾਊ ਯੂ ਅਮੇਜ਼ਿੰਗ ਐਟ ਇੰਪਰੋਵਾਈਜੇਸ਼ਨ, ਆਈ ਵੰਡਰ ਹਾਊ ਯੂ ਡੂ ਦੈਟ, ਕਿਉਂਕਿ ਇੰਪਰੋਵਾਈਜੇਸ਼ਨ ਅਸੀਂ 20 ਸਾਲ ਪਹਿਲਾਂ ਥੀਏਟਰ 'ਚ ਜ਼ਰੂਰ ਕਰਦੇ ਹੁੰਦੇ ਸੀ, ਪਰ ਮੇਰਾ ਹੁਣ ਉਹ ਵਾਲਾ ਤਾਂ ਇਰੇਜ਼ ਹੋ ਚੁੱਕਾ ਸਾਰਾ ਕੁਛ। ਮੇਰੀ ਬੈਕਗ੍ਰਾਉਂਡ ਵੀ ਥੀਏਟਰ ਦਾ। ਅੱਛਾ, ਹਾਂ, ਸੀ ਵਟ ਆਈ ਮੀਨ, ਲਾਈਕ ਇੰਪਰੋਵਾਈਜੇਸ਼ਨ ਉੱਥੇ ਤੁਹਾਨੂੰ ਇਹ ਟੈਲੈਂਟ ਬਹੁਤ ਕੰਮ ਆਉਂਦਾ। ਪਰ ਆਈ ਥਿੰਕ ਫੋਰ ਕੈਮਰਾ ਆਈ ਹੈਂਗ ਔਨ ਟੂ ਮਾਈ ਸਕ੍ਰਿਪਟਸ ਕੁਆਇਟ ਅ ਬਿਟ, ਐਂਡ ਆਈ ਪੁੱਟ ਇਨ ਅ ਲੋਟ ਆਫ ਵਰਕ ਇਨ ਮਾਈ ਸਕ੍ਰਿਪਟ। ਉਹ ਕਿੱਦਾਂ ਸਕ੍ਰਿਪਟਸ ਆਉਂਦੀਆਂ, ਮੈਨੂੰ ਲੱਗਦਾ ਜਿਹੜੀ ਸਟੋਰੀ ਤੁਸੀਂ ਕਰ ਰਹੇ ਹੋ ਨਾ ਉਸ ਵੇਲੇ, ਉਹ ਡਿਕਟੇਟ ਕਰਦਾ ਕਿ ਅਲਫਾਜ਼ ਕਿੱਥੋਂ ਆਉਣਗੇ, ਇਮੋਸ਼ਨ ਕੀ ਹੋਏਗੀ। ਇਟ ਕਮਸ ਟੁਗੈਦਰ ਨਾਓ, ਇਟ ਕਮਸ ਟੁਗੈਦਰ ਨੈਚੁਰਲੀ, ਆਈ ਥਿੰਕ। ਹਾਂ, ਉਹਦੇ ਬਾਰੇ ਮੈਨੂੰ ਬਹੁਤਾ ਸੋਚਣਾ ਨਹੀਂ ਪੈਂਦਾ, ਪਰ ਮੈਂ ਸਕ੍ਰਿਪਟ ਤੋਂ ਬਿਨਾਂ ਕੰਮ ਮੈਨੂੰ ਐਂ ਲੱਗਦਾ ਕਿ ਅਧੂਰਾ ਲੱਗਦਾ। ਸੋ ਬੜਾ ਪਲੈਨਡ ਮਤਲਬ ਤੁਸੀਂ ਅਪਰੋਚ ਰੱਖਦੇ ਹੋ ਹੋਰ ਕਵਰੇਜ। ਸੋ ਤੁਸੀਂ ਮਤਲਬ ਮੈਂ ਦੇਖਦਾ ਮੇਰੇ ਆਫਿਸ 'ਚ ਵੀ ਹੈਲਥ ਸੈਗਮੈਂਟ ਵਾਸਤੇ ਆਉਂਦੇ ਹੋ, ਮਾਲਸ 'ਚ ਵੀ ਜਾ ਕੇ ਇੰਟਰਵਿਊ ਕਰਦੇ ਹੋ, ਜਾਂ ਹੋਰ ਜਗ੍ਹਾ ਵੀ ਜਿਵੇਂ ਕੋਈ ਅਨਹੋਣੀ ਘਟਨਾ ਹੋ ਗਈ। ਸੋ ਟਰੈਵਲਿੰਗ ਬਹੁਤ ਕਰਨਾ ਪੈਂਦਾ। ਇਟਸ ਆਹ ਜਿਹੜਾ ਰਿਪੋਰਟ ਐਜ਼ ਅ ਰਿਪੋਰਟਰ ਜਿਹੜਾ ਹੁਣ ਚੱਲ ਰਿਹਾ ਨਾ, ਨਿਊਜ਼ ਸਟੋਰੀਜ਼ ਜਿਹੜੀਆਂ ਬ੍ਰੇਕ ਹੋ ਰਹੀਆਂ ਨੇ ਉਹ ਕਵਰ ਕਰਨਾ, ਇਹ ਮੇਰੇ ਵਾਸਤੇ ਇੱਕ ਬਹੁਤ ਨਵਾਂ ਪੜਾਅ ਹੈ, ਕਿਉਂਕਿ ਮੈਨੂੰ ਟੈਲੀਵਿਜ਼ਨ 'ਤੇ ਲੋਕਾਂ ਨੇ ਹਮੇਸ਼ਾ ਹੱਸਦੇ ਖੇਡਦੇ ਦੇਖਿਆ ਜੀ, ਹਮੇਸ਼ਾ ਐਂਟਰਟੇਨਮੈਂਟ ਕਵਰ ਕਰਦੇ, ਸੈਲੀਬ੍ਰਿਟੀਜ਼ ਨਾਲ ਗੱਲਬਾਤ ਕਰਦੇ ਦੇਖਿਆ। ਸੋ ਆਹ ਜਿਹੜਾ ਨਵਾਂ ਫੇਜ਼ ਹੈ ਕਰੀਅਰ ਦੇ ਵਿੱਚ ਮੇਰੇ ਵਾਸਤੇ, ਇਟਸ ਅ ਨਿਊ ਲਰਨਿੰਗ ਕਰਵ, ਮੈਂ ਵੀ ਸਿੱਖ ਰਹੀ ਹਾਂ। ਮੇਰੇ ਆਲੇ ਦੁਆਲੇ ਜਿਹੜੀ ਟੀਮ ਹੈ ਉਹ ਬੜੀ ਕਮਾਲ ਹੈ, ਸੋ ਉਹਨਾਂ ਤੋਂ ਬੜਾ ਕੁਛ ਸਿੱਖ ਰਹੀ ਹਾਂ। ਸੋ ਮੇਰੇ ਵਾਸਤੇ ਆਹ ਬੜੀ ਨਵੀਂ ਗੱਲ ਸੀ ਕਿ ਕੈਮਰਾ 'ਤੇ ਸਮਾਈਲ ਨਹੀਂ ਕਰਨਾ, ਹੁਣ ਮੇਰੇ ਯੂ ਨੋ ਆਈ ਐਮ ਆਲਵੇਜ਼ ਸਮਾਈਲਿੰਗ, ਬਟ ਯੂ ਨੋ ਵੈਨ ਯੂ ਟਾਕਿੰਗ ਅਬਾਊਟ ਟ੍ਰੈਜਡੀਜ਼ ਐਂਡ ਯੂ ਟਾਕਿੰਗ ਅਬਾਊਟ ਅ ਸੀਰੀਅਸ ਸਟੋਰੀ, ਗੰਭੀਰ ਹੋ ਕੇ, ਹਾਂ, ਉਹ ਲੋਕਾਂ ਨੂੰ ਵੀ ਟਾਈਮ ਲੱਗਾ, ਮੇਰੇ ਬੱਚਿਆਂ ਨੂੰ ਵੀ ਟਾਈਮ ਲੱਗਾ ਉਹ ਦੇਖਣ ਵਾਸਤੇ ਵੀ ਮਮ ਵਾਈ ਆਰਨਟ ਯੂ ਸਮਾਈਲਿੰਗ, ਕਿਉਂਕਿ ਹਮੇਸ਼ਾ ਹੱਸਦੀ ਰਹਿੰਦੀ ਸੀ, ਖੇਡਦੀ ਰਹਿੰਦੀ ਸੀ। ਬਟ ਇਟਸ ਐਨ ਅਮੇਜ਼ਿੰਗ ਐਕਸਪੀਰੀਅੰਸ, ਮੈਨੂੰ ਐਂ ਲੱਗਦਾ ਕਿ ਕਮਿਊਨਿਟੀ ਦੇ ਨੇੜੇ ਆਉਣ ਦਾ ਮੌਕਾ ਮੈਨੂੰ ਹੋਰ ਵੀ ਮਿਲ ਰਿਹਾ ਇਸ ਦੇ ਥਰੂ। ਸੋ ਕਮਿਊਨਿਟੀ ਦੇ ਜਿੰਨੇ ਜਿੰਨੇ ਤੁਸੀਂ ਨੇੜੇ ਹੋ ਰਹੇ ਹੋ, ਤੁਸੀਂ ਐਸਾ ਰਿਪੋਰਟਰ ਕੀ ਮਤਲਬ ਦੇਖ ਰਹੇ ਹੋ ਵੀ ਕਮਿਊਨਿਟੀ ਅੱਛੇ ਪਾਸੇ ਜਾ ਰਹੀ ਆ, ਠੀਕ ਠੀਕ ਹੈ ਜਿੱਦਾਂ ਪਹਿਲੋਂ ਸੀ ਉਦਾਂ, ਕਿ ਇਹਦੇ ਵਿੱਚ ਬਹੁਤ ਸੁਧਾਰ ਦੀ ਲੋੜ ਹੈ? ਆਈ ਥਿੰਕ ਸੁਧਾਰ ਦੀ ਲੋੜ ਤਾਂ ਹਮੇਸ਼ਾ ਹੀ ਹੁੰਦੀ ਹੈ। ਆਈ ਥਿੰਕ ਐਜ਼ ਅ ਕਮਿਊਨਿਟੀ ਮੈਨੂੰ ਇੰਨਾ ਮਾਣ ਹੈ ਇਸ ਗੱਲ 'ਤੇ, ਜੋ ਆਪਾਂ ਜਿੰਨੀਆਂ ਮਿਹਨਤਾਂ ਆਪਣੀ ਕਮਿਊਨਿਟੀ ਨੇ ਕੀਤੀਆਂ ਨੇ, ਜਿਹੜਾ ਸਕਸੈਸ ਆਪਣੀ ਕਮਿਊਨਿਟੀ ਨੇ ਹਾਸਲ ਕੀਤਾ, ਮੈਨੂੰ ਇਸ ਗੱਲ 'ਤੇ ਬਹੁਤ ਮਾਣ ਹੈ ਜੀ। ਓਬਵੀਅਸਲੀ ਸਟਰਗਲਸ ਵੀ ਨੇ, ਔਰ ਜਦੋਂ ਤੁਸੀਂ ਇੱਕ ਪੇਰੈਂਟ ਬਣ ਜਾਂਦੇ ਹੋ ਉਦੋਂ ਤੁਹਾਨੂੰ ਅਹਿਸਾਸ ਹੁੰਦਾ ਕਿ ਪੇਰੈਂਟਹੁੱਡ ਕਿੰਨਾ ਔਖਾ ਹੈ, ਕਿੰਨਾ ਮੁਸ਼ਕਿਲ ਹੈ। ਤਾਂ ਹੀ ਮੈਂ ਥੋੜ੍ਹਾ ਜਿਹਾ ਸਟੈਪ ਬੈਕ ਵੀ ਲੈ ਲਿਆ, ਆਈ ਐਮ ਨੋਟ ਆਊਟ ਐਂਡ ਅਬਾਊਟ ਐਜ਼ ਮਚ ਐਜ਼ ਆਈ ਯੂਜ਼ ਟੂ ਬੀ, ਹੈ ਨਾ, 10 ਸਾਲ ਪਹਿਲਾਂ। ਸੋ ਮਿਹਨਤ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਲੈ ਕੇ ਮਿਹਨਤ ਜਿਹੜੀ ਕਰਨ ਦੀ ਲੋੜ ਹੈ, ਪਰ ਉਹ ਸਿਰਫ ਆਪਣੇ ਬੱਚਿਆਂ ਵਾਸਤੇ ਨਹੀਂ, ਉਹ ਕਮਿਊਨਿਟੀ ਦੇ ਬੱਚਿਆਂ ਵਾਸਤੇ, ਸਾਰੇ ਬੱਚੇ ਆਪਣੇ ਹੀ ਆ, ਸਾਂਝੇ ਹੀ ਆ ਕਮਿਊਨਿਟੀ ਦੇ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਜਦੋਂ ਮੈਂ ਬੱਚਿਆਂ ਨੂੰ 17-18 ਸਾਲ ਦੇ ਬੱਚਿਆਂ ਨੂੰ ਉਹਨਾਂ ਦੀ ਮੌਤ ਦੀ ਖਬਰ ਤੁਸੀਂ ਰਿਪੋਰਟ ਕਰ ਰਹੇ ਹੋ, ਉਹ ਐਜ਼ ਅ ਮਦਰ
ਤੁਹਾਡਾ ਦਿਲ ਇਟ ਰੀਲੀ ਹਰਟਸ ਯੂ ਰੀਲੀ ਹਰਟਸ ਯੂ ਔਰ ਇਹਦਾ ਮੈਨੂੰ ਜ਼ਰੂਰ ਹੈ ਕਿ ਆਪਾਂ ਕੁਛ ਆਈ ਵਿਸ਼ ਕਿ ਐਜ਼ ਅ ਕਮਿਊਨਿਟੀ ਆਪਾਂ ਕੁਛ ਕਰ ਸਕੀਏ ਆਈ ਵਿਸ਼ ਐਜ਼ ਅ ਕਮਿਊਨਿਟੀ ਆਪਾਂ ਇਸ ਨੂੰ ਸਾਂਝੀ ਪ੍ਰੋਬਲਮ ਸਮਝ ਕੇ ਇਹਦੇ ਬਾਰੇ ਕੋਈ ਹੱਲ ਲੱਭ ਸਕੀਏ ਜ਼ਰੂਰ ਮੇਰੇ ਖਿਆਲ ਨਾਲ ਕਮਿਊਨਿਟੀ ਇਹਦੇ ਵਿੱਚ ਹਿੱਸਾ ਪਾਊਗੀ ਅਤੇ ਮੇਰੇ ਖਿਆਲ ਨਾਲ ਇਹਦੇ ਵਿੱਚ ਪੇਰੈਂਟਿੰਗ ਦਾ ਬਹੁਤ ਵੱਡਾ ਰੋਲ ਹੈ ਨਾਲੇ ਕਮਿਊਨਿਟੀ ਏਜੰਸੀਜ਼ ਅਤੇ ਹੋਰ ਜਿਹੜਾ ਡਰੱਗਸ ਬਾਹਰੋਂ ਆ ਰਿਹਾ ਉਹਦੇ ਉੱਤੇ ਰੋਕਥਾਮ ਕਿਉਂਕਿ ਇਹ ਡਿਫਰੈਂਟ ਟੋਪਿਕ ਹੈਗਾ ਐਗਜੈਕਟਲੀ ਸੋ ਜਿਵੇਂ ਜਦੋਂ ਤੁਸੀਂ ਟੀ ਵੀ ਦੇ ਵਿੱਚ ਤੁਹਾਡਾ ਐਂਟਰਟੇਨਮੈਂਟ ਦਾ ਸੈਗਮੈਂਟ ਚੱਲਦਾ ਸੀ ਜਿੱਥੇ ਸੈਲੀਬ੍ਰਿਟੀਜ਼ ਤੁਸੀਂ ਇੰਟਰਵਿਊ ਕਰਦੇ ਸੀ ਬੈਕ ਟੂ ਦੈਟ ਉਹ ਕਿੱਦਾਂ ਸ਼ੁਰੂ ਹੋਇਆ ਆਈ ਡੋਂਟ ਨੋ ਆਈ ਥਿੰਕ ਇਟ ਜਸਟ ਮੇਰਾ ਜਿਹੜਾ ਪਹਿਲਾ ਸ਼ੋਅ ਸੀਗਾ ਇਟ ਵਾਜ਼ ਆਲ ਮਿਊਜ਼ਿਕ ਸੈਲੀਬ੍ਰਿਟੀਜ਼ ਅਤੇ ਉਹ ਸ਼ੋਅ ਜਿਹੜਾ ਪ੍ਰੋਡਿਊਸ ਕਰ ਰਹੇ ਸੀਗੇ ਉਹ ਮਿਊਜ਼ਿਕ ਵੇਵਸ ਵਾਲੇ ਕਰ ਰਹੇ ਸੀ ਵਿਚ ਇਜ਼ ਕੁਲਵਿੰਦਰ ਭਾਅ ਜੀ ਕੁਲਵਿੰਦਰ ਸਿੰਘ ਜਿਹੜਾ ਹੂ ਰਨਸ ਰੈਡ ਐਫ ਐਮ ਨਾ ਜੀ ਸੋ ਮਿਊਜ਼ਿਕ ਵੇਵਸ ਦੇ ਆਪਣੇ ਆਰਟਿਸਟ ਹੁੰਦੇ ਸੀ ਵਿਚ ਵਾਜ਼ ਜੈਜ਼ੀ ਬੀ ਸੁਖਸ਼ਿੰਦਰ ਸ਼ਿੰਦਾ ਮਲਕੀਤ ਸਿੰਘ ਆਲ ਦੀਜ਼ ਆਰਟਿਸਟ ਅਤੇ ਅਸੀਂ ਉਹਨਾਂ ਦੀਆਂ ਵੀਡੀਓਜ਼ ਰਿਲੀਜ਼ ਕਰਨੀਆਂ ਉਹਨਾਂ ਦੀਆਂ ਆਡੀਓ ਐਲਬਮਸ ਰਿਲੀਜ਼ ਕਰਨੀਆਂ ਅਤੇ ਉਹਨਾਂ ਦੀਆਂ ਇੰਟਰਵਿਊਜ਼ ਬਾਈ ਡਿਫੋਲਟ ਮੈਨੂੰ ਕਰਨੀਆਂ ਪੈਂਦੀਆਂ ਸੀ ਵਿਚ ਵਾਜ਼ ਆਈ ਐਮ ਨੋਟ ਕੰਪਲੇਨਿੰਗ ਅਬਾਊਟ ਦੈਟ ਇਟ ਵਾਜ਼ ਅ ਗ੍ਰੇਟ ਪਲੈਟਫੋਰਮ ਸੋ ਆਈ ਥਿੰਕ ਉੱਥੋਂ ਟ੍ਰਾਂਜੈਕਸ਼ਨ ਹੁੰਦਾ ਮੈਨੂੰ ਐਂ ਲੱਗਦਾ ਕਿ ਆਈ ਐਮ ਅ ਗ੍ਰੇਟ ਇੰਟਰਵਿਊਅਰ ਆਈ ਕੈਨ ਗੈਟ ਬੈਟਰ ਆਈ ਐਮ ਵਰਕਿੰਗ ਔਨ ਦੈਟ ਦੇਰ ਇਜ਼ ਲੋਟਸ ਟੂ ਲਰਨ ਗ੍ਰੇਟ ਕੀ ਗ੍ਰੇਟੈਸਟ ਇੰਟਰਵਿਊਅਰ ਨਹੀਂ ਮੈਂ ਆਪਣੀ ਤਾਰੀਫ ਨਹੀਂ ਕਰ ਰਹੀ ਪਰ ਮੈਨੂੰ ਐਂ ਲੱਗਦਾ ਕਿ ਮੈਨੂੰ ਜੈਨੂਇਨਲੀ ਲੋਕਾਂ ਦੇ ਵਿੱਚ ਇੰਟਰਸਟ ਹੋਣ ਕਰਕੇ ਉਹ ਜਿਹੜੀ ਕਿਊਰੋਸਿਟੀ ਹੈ ਉਹ ਬਹੁਤ ਜ਼ਰੂਰੀ ਹੈ ਔਰ ਇਹ ਇੱਕ ਵਧੀਆ ਇੰਟਰਵਿਊਅਰ ਦੀ ਸਭ ਤੋਂ ਵਧੀਆ ਖਾਸੀਅਤ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਭੁੱਲ ਜਾਓ ਜਿਹੜਾ ਤੁਹਾਡਾ ਸਬਜੈਕਟ ਹੈ ਉਸ ਤੋਂ ਜੋ ਤੁਸੀਂ ਕਢਾ ਸਕਦੇ ਹੋ ਉਹ ਕਢਾ ਲਓ ਆਪਣੀ ਈਗੋ ਨੂੰ ਇੰਟਰਵਿਊਅਰਸ ਵਾਸਤੇ ਰੱਖਣਾ ਅੱਡ ਉਹ ਬੜਾ ਔਖਾ ਕੰਮ ਆ ਐਂਡ ਦੈਟ ਸਮਥਿੰਗ ਦੈਟ ਯੂ ਹੈਵ ਟੂ ਵਰਕ ਟੂਵਰਡਸ ਕਿ ਉਸ ਮੂਮੈਂਟ 'ਤੇ ਇਟਸ ਨੋਟ ਅਬਾਊਟ ਯੂ ਇਟਸ ਅਬਾਊਟ ਦੀ ਅਦਰ ਪਰਸਨ ਔਰ ਸੈਲੀਬ੍ਰਿਟੀਜ਼ ਦਾ ਮੈਨੂੰ ਐਂ ਹੁੰਦਾ ਕਿ ਸਰਫਿਸ ਤੋਂ ਸੈਲੀਬ੍ਰਿਟੀਜ਼ ਬਾਰੇ ਆਪਾਂ ਬਹੁਤ ਕੁਛ ਜਾਣਦੇ ਹਾਂ ਬੜੀਆਂ ਸਾਰੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਦੇ ਪਿਛੋਕੜ ਬਾਰੇ ਉਹਨਾਂ ਦੀ ਗਾਇਕੀ ਬਾਰੇ ਪਰ ਜੋ ਦਰਅਸਲ ਉਹ ਐਜ਼ ਅ ਹਿਊਮਨ ਬੀਇੰਗ ਉਹ ਕੀ ਨੇ ਉਹ ਬਹੁਤ ਘੱਟ ਇੰਟਰਵਿਊਜ਼ ਉਹਨਾਂ 'ਚੋਂ ਕਢਾ ਸਕਦੇ ਆ ਔਰ ਮੈਨੂੰ ਆਈ ਐਮ ਵੈਰੀ ਵੈਰੀ ਥੈਂਕਫੁਲ ਕਿ ਆਈ ਹੈਵ ਹੈਡ ਸਮ ਮੋਸਟ ਇਮੋਸ਼ਨਲ ਕੈਂਡਿਡ ਕਨਵਰਸੇਸ਼ਨਸ ਵਿਦ ਦ ਬਿਗੈਸਟ ਸੈਲੀਬ੍ਰਿਟੀਜ਼ ਉਹਦੇ ਵਿੱਚ ਨਾ ਇੱਕ ਮੈਨੂੰ ਜਿਹੜਾ ਬਹੁਤ ਖਾਸ ਕਰਕੇ ਯਾਦ ਹੈ ਉਹ ਦਲਜੀਤ ਦੋਸਾਂਝ ਜੀ ਜੇ ਮੈਂ ਉਸ ਇਨਸਾਨ ਨੂੰ ਪਹਿਲੀ ਵਾਰ ਤੁਹਾਡੇ ਸਟੇਜ ਦੇ ਵਿੱਚ ਇਮੋਸ਼ਨਲ ਪੱਧਰ 'ਤੇ ਰੋਂਦਿਆਂ ਦੇਖਿਆ ਇਹ ਕਿੱਦਾਂ ਤੁਸੀਂ ਮਟੀਰੀਅਲ ਕਢਾ ਲਿਆ ਉੱਥੇ ਮੈਂ ਦਲਜੀਤ ਬਾਰੇ ਕੁਛ ਨਹੀਂ ਸੀ ਜਾਣਦੀ ਡਾਕਟਰ ਭੁਰਜੀ ਬਿਫੋਰ ਦੈਟ ਇੰਟਰਵਿਊ ਮੈਨੂੰ ਜਦੋਂ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਇਟ ਵਾਜ਼ ਵੈਰੀ ਸਪਰ ਆਫ ਦ ਮੂਮੈਂਟ ਇਟ ਵਾਜ਼ ਲਿਟਰਲੀ ਦਲਜੀਤ ਦੋਸਾਂਝ ਇਜ਼ ਹੇਅਰ ਫੋਰ ਵਨ ਡੇ ਯੂ ਨੀਡ ਟੂ ਬੀ ਦੇਅਰ ਆਰ ਯੂ ਏਬਲ ਟੂ ਅਤੇ ਆਹ ਇੰਟਰਵਿਊ ਕਰਨੀ ਹੈ ਮੈਂ ਥੋੜ੍ਹੀ ਬਹੁਤ ਰੀਸਰਚ ਕੀਤੀ ਜਿੱਦਾਂ ਮੈਂ ਕਰਦੀ ਹੁੰਦੀ ਹਾਂ ਹਮੇਸ਼ਾ ਮੈਨੂੰ ਪਤਾ ਲੱਗਾ ਵੀ ਇਹ ਮੁੰਡੇ ਨੇ ਉਹ ਗਾਣਾ ਗਾਇਆ ਸੀ ਲੱਖ 28 ਵਾਲਾ ਬਸ ਇੰਨਾ ਪਤਾ ਸੀ ਇਹ ਪਤਾ ਸੀ ਵੀ ਜੱਟ ਐਂਡ ਜੂਲੀਅਟ ਦਾ ਹੀਰੋ ਹੈ ਬਟ ਦੈਟਸ ਇਟ ਮੈਨੂੰ ਐਂ ਲੱਗਦਾ ਸੀਗਾ ਵੀ ਹੀ ਇਜ਼ ਐਕਸਟ੍ਰੀਮਲੀ ਟੈਲੈਂਟਡ ਬਟ ਆਈ ਡੋਂਟ ਨੋ ਇਨਫ ਅਬਾਊਟ ਹਿਮ ਸੋ ਆਈ ਡੋਂਟ ਨੋ ਇੰਟਰਵਿਊ ਸ਼ੁਰੂ ਹੋਈ ਤਾਂ ਅਸੀਂ ਗੱਲਾਂ ਕਰਨ ਲੱਗੇ ਜਿੱਦਾਂ ਆਪਾਂ ਕਰਦੇ ਇੱਕ ਤਾਂ ਨਾ ਮੈਂ ਆਈ ਟੇਕ ਪ੍ਰਾਈਡ ਇਨ ਅ ਫੈਕਟ ਕਿ ਮੈਨੂੰ ਸਭ ਤੋਂ ਵੱਡਾ ਵੱਡਾ ਕੰਪਲੀਮੈਂਟ ਗੈਸਟ ਵੱਲੋਂ ਇਹ ਲੱਗਦਾ ਕਿ ਯੂ ਮੇਕ ਅਸ ਫੀਲ ਕੰਫਰਟੇਬਲ ਜੇ ਤੁਸੀਂ ਉਹ ਪਹਿਲੀ ਵਾਰੀ ਵੀ ਤੁਸੀਂ ਜੇ ਇਨਸਾਨ ਨੂੰ ਮਿਲੇ ਹੋ ਜੇ ਤੁਸੀਂ ਥੋੜ੍ਹਾ ਜਿਹਾ ਵਾਰਮਥ ਥੋੜ੍ਹੀ ਜਿਹੀ ਨਿੱਘ ਉਸ ਬੰਦੇ ਨੂੰ ਦੇ ਸਕਦੇ ਹੋ ਤੁਸੀਂ ਉਹਨਾਂ ਦਾ ਦਿਲ ਪਹਿਲਾਂ ਹੀ ਜਿੱਤ ਲਿਆ ਦਿਲਜੀਤ ਵਾਕਡ ਇਨ ਸਤਿ ਸ਼੍ਰੀ ਅਕਾਲ ਕੀਤੀ ਉਹਨਾਂ ਨੇ ਐਂਡ ਵੈਰੀ ਵੈਲ ਡਰੈਸਡ ਵੈਰੀ ਹੈਂਡਸਮ ਗਾਏ ਹੀ ਪੁੱਲ ਦ ਚੇਅਰ ਫੋਰ ਮੀ ਹੀ ਮੇਡ ਮੀ ਸਿੱਟ ਡਾਊਨ ਤਾਂ ਮੈਨੂੰ ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਬਹੁਤ ਨੋਟ ਕਰਦੀ ਹਾਂ ਇਨਸਾਨ ਬਾਰੇ ਉਹਦੀ ਪਰਸਨੈਲਿਟੀ ਬਾਰੇ ਤਮੀਜ਼ ਤਹਿਜ਼ੀਬ ਬੋਲਣ ਦਾ ਤਰੀਕਾ ਪੋਲਾਈਟਨੈਸ ਐਟੀਕੇਟ ਅਨਫੋਰਚੁਨੇਟਲੀ ਬਿਕੋਜ਼ ਸੈਲੀਬ੍ਰਿਟੀਜ਼ ਆਰ ਕੋਂਸਟੈਂਟਲੀ ਸਰਾਊਂਡਡ ਬਾਈ ਪੀਪਲ ਜੋ ਹਮੇਸ਼ਾ ਉਹਨਾਂ ਨੂੰ ਦੱਸਦੇ ਰਹਿੰਦੇ ਕਿ ਤੁਸੀਂ ਕਮਾਲ ਹੋ ਤੁਸੀਂ ਕਮਾਲ ਹੋ ਉਹ ਛੋਟੀਆਂ ਛੋਟੀਆਂ ਚੀਜ਼ਾਂ ਲੋਕ ਉਹਨਾਂ ਵਾਸਤੇ ਕਰਦੇ ਆ ਉਹ ਬਾਕੀਆਂ ਵਾਸਤੇ ਘੱਟ ਕਰਦੇ ਆ ਉਹਨਾਂ ਨੂੰ ਕਰਨੀਆਂ ਨਹੀਂ ਪੈਂਦੀਆਂ ਸੋ ਮੇਰੇ ਵਾਸਤੇ ਉਹ ਬਹੁਤ ਵੱਡੀ ਗੱਲ ਸੀ ਕਿ ਮੁੰਡਾ ਇੰਨਾ ਤਮੀਜ਼ਦਾਰ ਹੈ ਐਂਡ ਦੈਨ ਵੀ ਸੈਟ ਡਾਊਨ ਅਸੀਂ ਗੱਲ ਸ਼ੁਰੂ ਕੀਤੀ ਔਰ ਮੈਨੂੰ ਕਿਉਂਕਿ ਉਹਦੇ ਬਾਰੇ ਬਹੁਤਾ ਨਹੀਂ ਸੀ ਪਤਾ ਆਈ ਸਟਾਰਟਡ ਟਾਕਿੰਗ ਅਤੇ ਪਤਾ ਨਹੀਂ ਕੀ ਹੋਇਆ ਆਈ ਦੇਰ ਵਾਜ਼ ਦਿਸ ਇਮੋਸ਼ਨਲ ਕੋਰਡ ਜੋ ਹਿੱਟ ਹੋਈ ਅਤੇ ਉਹਦਾ ਰੋਣਾ ਨਿਕਲ ਗਿਆ ਐਂਡ ਇਟ ਵਾਜ਼ ਵੈਰੀ ਇਮੋਸ਼ਨਲ ਵੀ ਹੈਡ ਟੂ ਟਰਨ ਦ ਕੈਮਰਾਜ਼ ਆਫ twice do bari ese camera band kite kyunki we wanted to make sure that he recovers I was crying he was crying so we are all human hai na sade emotions hai gaya exactly mere to emotion waise transparent hai mera to rona chat nikal janda waise so I think oh jehda lokan ne
ਦੇਖ ਕੇ ਉਹਦੀ ਉਹ ਹਿਊਮਨ ਸਾਈਡ ਦੇਖੀ ਨਾ, ਉਹਨਾਂ ਨੇ ਪਹਿਲਾਂ ਨਹੀਂ ਸੀ ਦੇਖੀ। ਉਹਨਾਂ ਨੂੰ ਲੱਗਦਾ ਸੀ ਵੀ ਇਹ ਫੁਕਰਾ ਜਿਹਾ ਮੁੰਡਾ ਹੈ, ਯੂ ਨੋ, ਟੱਪੀ ਜਾਂਦਾ ਇਹੋ ਜਿਹੇ ਸਿੰਗਰ, ਇਹੋ ਜਿਹਾ ਸਿੰਗਰ ਹੈ ਅਤੇ ਠੀਕ ਹੈ, ਵਟ ਐਵਰ, ਪਾਪੂਲਰ ਗਾਣੇ ਗਾਇਆ। ਐਂਡ ਜਦੋਂ ਉਹਨੇ ਉਹ ਇੰਟਰਵਿਊ ਦਿੱਤੀ ਤਾਂ ਆਈ ਥਿੰਕ ਇਟ ਵਾਸ ਅ 3-part ਇੰਟਰਵਿਊ, ਬਟ ਪੀਪਲ ਰੀਲੀ ਕਨੈਕਟਡ ਐਂਡ ਆਈ ਥਿੰਕ ਵੀ ਬੌਂਡਡ ਐਸ ਵੈਲ। ਸੋ ਦਿਲਜੀਤ ਐਂਡ ਆਈ ਆਰ ਵੈਰੀ ਵੈਰੀ ਕਲੋਜ਼। ਇਹੀ ਸਾਰੀਆਂ ਗੱਲਾਂ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਾਂਗੇ। ਜਿਹੜੇ ਮਸ਼ਹੂਰੀਆਂ ਵਾਲੇ ਉਹ ਕਹਿੰਦੇ ਸਾਨੂੰ ਵੀ ਮੌਕਾ ਦਿੱਤਾ ਦੇ, ਕਿਉਂਕਿ ਤਰਨਮ ਜੀ ਆਏ ਆ, ਸਾਨੂੰ ਵੀ ਆਪਣਾ ਜਿਹੜਾ ਹੈਗਾ ਐਡਵਰਟਾਈਜ਼ਮੈਂਟ ਕਰਨ ਦਾ ਮੌਕਾ ਜ਼ਰੂਰ ਦੇਵਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਫਿਰ ਦੁਬਾਰਾ ਹਾਜ਼ਰ ਹੁੰਦੇ ਹਾਂ। ਡਾਕਟਰ ਭੁਰਜੀ ਸ਼ੋਅ 'ਚ ਇੱਕ ਵਾਰ ਸਾਡਾ ਫਿਰ ਨਿੱਘਾ ਸਵਾਗਤ ਹੈ। ਬੜਾ ਪਿਆਰਾ ਇੰਟਰਵਿਊ ਚੱਲ ਰਿਹਾ, ਬ੍ਰੇਕ ਲੈਣ ਦਾ ਸਾਡਾ ਮਨ ਤਾਂ ਨਹੀਂ ਕਰ ਰਿਹਾ ਸੀ, ਲੇਕਿਨ ਲੈਣੀ ਪਈ। ਹੁਣ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਆ ਗਏ। ਤਰਨਮ ਜੀ, ਤੁਹਾਡਾ ਫਿਰ ਇੱਕ ਵਾਰੀ ਸਵਾਗਤ ਹੈਗਾ ਜੀ ਸ਼ੋਅ 'ਚ। ਥੈਂਕ ਯੂ ਡਾਕਟਰ ਭੁਰਜੀ। ਬੜੇ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੱਸ ਰਹੇ ਸੀ, ਕੁਛ ਹੱਸਣ ਦੀਆਂ, ਕੁਛ ਰੋਣ ਦੀਆਂ, ਕੁਛ ਗੰਭੀਰ। ਸੋ ਤੁਸੀਂ ਮੈਨੂੰ ਦੱਸ ਰਹੇ ਸੀ ਵੀ ਬਹੁਤ ਛੋਟੇ ਏਜ ਤੋਂ ਤੁਹਾਨੂੰ ਸਾਰਾ ਕੁਛ ਆਪ ਕਰਨਾ ਪਿਆ, ਕਿਉਂਕਿ ਤੁਹਾਡੇ ਮਦਰ ਥੋੜ੍ਹੇ ਸਿੱਖ ਹੋ ਗਏ ਸੀ। ਸੋ ਉਹਦੇ ਬਾਰੇ ਥੋੜ੍ਹਾ ਦੱਸੋਗੇ ਸਾਨੂੰ? ਜੀ ਜੀ ਜ਼ਰੂਰ। ਮੈਂ ਉਦੋਂ 7 ਸਾਲ ਦੀ ਸੀ ਡਾਕਟਰ ਭੁਰਜੀ, ਜਦੋਂ ਮੇਰੇ ਮਦਰ ਨੂੰ 32 ਸਾਲ ਦੀ ਉਮਰ ਦੇ ਵਿੱਚ ਸਟਰੋਕ ਹੋ ਗਿਆ ਸੀ। ਓ ਮਾਈ ਗੋਡ। ਸੋ ਉੱਥੇ ਇੰਡੀਆ 'ਚ ਉਸ ਵੇਲੇ ਸਟਰੋਕ ਕੀ ਹੁੰਦਾ, ਖਾਸ ਕਰ ਇੰਨੇ ਯੰਗ ਬੰਦੇ ਨੂੰ ਹੋਣਾ, ਜੋ ਫੈਸਿਲਿਟੀਜ਼ ਇੱਥੇ ਅਵੇਲੇਬਲ ਨੇ, ਜੋ ਮੈਡੀਕਲ ਟ੍ਰੀਟਮੈਂਟਸ ਇੱਥੇ ਅਵੇਲੇਬਲ ਨੇ, ਉੱਥੇ ਨਹੀਂ ਸੀਗੇ। ਸੋ ਉਹ ਕਿਉਂਕਿ ਉਹ ਰਾਈਟ ਅਵੇ ਉਹਨਾਂ ਦਾ ਟ੍ਰੀਟਮੈਂਟ ਨਹੀਂ ਹੋ ਸਕਿਆ, ਸ਼ੀ ਵਾਜ਼ ਲੈਫਟ ਪੈਰਾਲਾਈਜ਼ਡ ਲੈਫਟ ਸਾਈਡ ਤੋਂ। ਸੋ ਉਹ ਸਟਰਗਲ ਬਚਪਨ ਦੇ ਵਿੱਚ, ਮੇਰੇ ਬਚਪਨ ਦਾ ਬਹੁਤ ਅਟੁੱਟ ਹਿੱਸਾ ਸੀ, ਮੋਮ ਨੂੰ ਬਿਮਾਰ ਦੇਖਣਾ। ਬੱਚਾ 7 ਸਾਲ ਦੀ ਉਮਰ ਦੇ ਵਿੱਚ ਵੱਡਾ ਵੀ ਬੜੀ ਛੇਤੀ ਹੋ ਜਾਂਦਾ, ਖਾਸ ਕਰ ਕੁੜੀ। ਸੋ ਮੈਂ ਰੋਟੀਆਂ ਬਣਾਉਣੀਆਂ ਬੜੀ ਛੇਤੀ ਸਿੱਖ ਲਈਆਂ, ਪਾਪਾ ਮੇਰੇ ਪਿੱਛੇ ਖੜਦੇ ਹੁੰਦੇ ਸੀ, ਮੈਨੂੰ ਰੋਟੀ ਰੋਲ ਕਰਨੀ ਸਿਖਾਉਂਦੇ ਹੁੰਦੇ ਸੀ। ਸੋ ਆਈ ਗਰੂ ਅਪ ਰੀਲੀ ਫਾਸਟ, ਉਹ ਮੈਚੋਰਿਟੀ ਬਹੁਤ ਛੇਤੀ ਆ ਗਈ ਸੀਗੀ। ਪਾਪਾ ਵਾਜ਼ ਸਿੰਗਲ ਹੈਂਡਡਲੀ ਰੇਜ਼ਿੰਗ ਮੀ। ਮੇਰਾ ਬ੍ਰਦਰ ਉਦੋਂ 2 ਸਾਲ ਦਾ ਸੀ, ਸੋ ਬ੍ਰਦਰ ਨੂੰ ਨਾਨਕੇ ਭੇਜਦਾ। ਪਰ ਉਹ ਜਿਹੜਾ ਹੁਣ ਮੈਨੂੰ ਐਂ ਲੱਗਦਾ, ਉਸ ਤੋਂ ਬਾਅਦ ਸਟਰਗਲਸ ਚੱਲਦੀਆਂ ਰਹੀਆਂ ਨੇ, ਹੁਣ ਤੱਕ ਚੱਲ ਰਹੀਆਂ ਨੇ, ਪਰ ਮੈਨੂੰ ਐਂ ਲੱਗਦਾ ਹੁੰਦਾ ਵੀ ਜੇ ਇਹ ਸਟਰਗਲਸ ਨਾ ਹੁੰਦੀਆਂ, ਆਈ ਵੁੱਡ ਨੋਟ ਬੀ ਦਾ ਪਰਸਨ ਆਈ ਐਮ। ਹੁਣ ਮੈਨੂੰ ਐਂ ਲੱਗਦਾ ਆਈ ਕੈਨ ਹੈਂਡਲ ਐਨੀਥਿੰਗ, ਮੈਨੂੰ ਨਾ ਕੁਛ ਫੇਸ ਨਹੀਂ ਕਰਦਾ ਹੁਣ। ਇਮਤਿਹਾਨ ਬਹੁਤ ਬਹੁਤ ਲਏ ਨੇ ਬਾਬਾ ਜੀ ਨੇ, ਔਰ ਮੈਨੂੰ ਲੱਗਦਾ ਇਸ ਲਈ ਲਏ ਨੇ ਕਿਉਂਕਿ ਖਾਸ ਖਾਸ ਬੰਦਿਆਂ ਦੇ ਇਮਤਿਹਾਨ ਲੈਂਦਾ ਲੈਂਦੇ ਆ, ਹੈਨਾ, ਜਦੋਂ ਜ਼ਿਆਦਾ ਕਲੋਜ਼ ਹੁੰਦਾ ਜ਼ਿਆਦਾ। ਹਾਂ, ਸੋ ਉਹਨਾਂ ਨੂੰ ਐਂ ਲੱਗਦਾ ਹੁਣ ਤਾਂ ਮੈਂ ਕਹਿੰਦੀ ਅੱਛਾ ਵਨ ਮੋਰ ਥਿੰਗ। ਅਨਫੋਰਚੁਨੇਟਲੀ ਪਾਪਾ ਨੂੰ ਇੱਥੇ ਆ ਕੇ, ਜਦੋਂ ਇੱਥੇ ਸੀਗੇ, ਉਹਨਾਂ ਨੂੰ ਵੀ ਸਟ੍ਰੋਕ ਹੋ ਗਿਆ ਸੀ। ਉਹਨਾਂ ਨੂੰ 2 ਸਟ੍ਰੋਕ ਹੋਏ, ਉਸ ਤੋਂ ਬਾਅਦ ਉਹਨਾਂ ਨੂੰ ਕਾਰਡੀਅਕ ਅਰੈਸਟ ਹੋ ਗਿਆ। ਹੀ ਵਾਜ਼ ਓਨਲੀ 56, ਹੀ ਵਾਜ਼ ਵੈਰੀ ਯੰਗ। ਸੋ ਉਹ ਉਸ ਚੀਜ਼ ਨੇ ਮੈਨੂੰ ਥੋੜ੍ਹਾ ਜਿਹਾ ਤੋੜ ਦਿੱਤਾ, ਕਿਉਂਕਿ ਪਾਪਾ ਰੇਜ਼ਡ ਮੀ। ਮੇਰੇ ਲੰਚ ਪੈਕ ਕਰਨਾ, ਮੇਰੀ ਯੂਨੀਫਾਰਮ ਤਿਆਰ ਕਰਨਾ, ਮੈਨੂੰ ਸਕੂਲ ਭੇਜਣਾ, ਮੈਨੂੰ ਸਵਿਮਿੰਗ ਲੈ ਕੇ ਜਾਣਾ, ਉਹ ਸਾਰੀਆਂ ਚੀਜ਼ਾਂ ਪਾਪਾ ਕਰਦੇ ਹੁੰਦੇ ਸੀਗੇ। ਸੋ ਪਾਪਾ ਦੇ ਮੈਂ ਬਹੁਤ ਕਲੋਜ਼ ਸੀ। ਉਹ ਮੈਨੂੰ 1 ਸਾਲ ਲੱਗਾ ਤਕਰੀਬਨ ਆਪਣੇ ਪੈਰਾਂ 'ਤੇ ਦੁਬਾਰਾ ਖੜ੍ਹੇ ਹੋਣ ਲੱਗੇ। ਇੱਕ ਮੇਰੇ ਬੇਟਾ ਹਾਲੇ ਹੋਇਆ ਹੋਇਆ ਸੀ, ਮਾਈ ਸਨ ਵਾਜ਼ ਓਨਲੀ 1 ਵੀਕ ਓਲਡ ਜਦੋਂ ਪਾਪਾ ਦੀ ਡੈਥ ਹੋ ਗਈ। ਸੋ ਨਾ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਨਾ ਕਿਸਾਨ ਦਾ ਬਰਥ ਇੰਜੋਏ ਕਰ ਸਕੀ ਪੂਰੀ ਤਰ੍ਹਾਂ, ਨਾ ਪਾਪਾ ਦਾ ਜਿਹੜੀ ਡੈਥ ਸੀ ਉਹ ਗਰੀਵ ਕਰ ਸਕੀ ਪ੍ਰੋਪਰਲੀ। ਪਰ ਦੈਟਸ ਓਕੇ, ਆਈ ਕੀਪ ਮੂਵਿੰਗ ਅਹੈਡ। ਕੁਦਰਤ ਦਾ ਜੋ ਨਿਯਮ ਹੈ, ਹਾਂ ਐਗਜ਼ੈਕਟਲੀ, ਯੂ ਕੈਨਟ ਫਾਈਟ ਵਿਦ ਦੈਟ। ਅੱਜ ਕੱਲ੍ਹ ਦੇ ਜ਼ਮਾਨੇ 'ਚ ਬਹੁਤ ਛੇਤੀ ਸਾਡੇ ਲੋਕ ਬੱਚੇ ਜੀ ਮਸ਼ਹੂਰ ਹੋਣਾ ਚਾਹੁੰਦੇ। ਹੁਣ ਮੇਰੇ ਵੱਲ ਦੇਖੋ, ਜਦ ਮੈਂ ਕੰਟਰੀ 'ਚ ਆਇਆ 25 ਸਾਲ ਹੋ ਗਏ ਜੀ, ਉਦੋਂ ਬਿਲਕੁਲ ਮੇਰੀ ਦਾੜੀ ਕਾਲੀ ਸੀ, ਅੱਜ ਬਿਲਕੁਲ ਚਿੱਟੀ। ਇਹਦਾ ਮਤਲਬ ਇਹ ਹੈ, ਇਹਦਾ ਮਤਲਬ ਇਹ ਵੀ ਮਸ਼ਹੂਰ ਹੋਣਾ ਸੌਖਾ ਨਹੀਂ ਹੈ, ਬਹੁਤ ਔਖਾ, ਬਹੁਤ ਔਖਾ। ਤੁਹਾਡੀ ਦਾੜੀ ਚਿੱਟੀ ਹੋ ਸਕਦੀ ਹੈ ਮਸ਼ਹੂਰ ਹੁੰਦੇ ਹੁੰਦੇ, ਤੁਹਾਡੀ ਏਜ ਵੱਧ ਸਕਦੀ ਹੈ, ਦਾੜੀ ਚਿੱਟੀ ਹੋ ਸਕਦੀ ਹੈ, ਵਜ਼ਨ ਵੱਧ ਸਕਦਾ, ਬੜਾ ਕੁਛ ਹੋ ਸਕਦਾ। ਸੋ ਮਿਹਨਤ ਕਰਨੀ ਪੈਂਦੀ ਹੈ, ਲਗਨ ਹੋਣੀ ਪੈਂਦੀ ਹੈ, ਡਿਸਿਪਲਿਨ ਹੁੰਦਾ। ਐਬਸੋਲੂਟਲੀ, ਤੁਸੀਂ ਵੀ ਇੱਦਾਂ ਬਿਲੀਵ ਕਰਦੇ ਹੋ? ਮੈਨੂੰ ਨਾ ਬਹੁਤ ਸਾਰੇ, ਮੈਂ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਬੜੇ ਸਾਰੇ ਸਕੂਲਸ ਵਿੱਚ ਯੰਗਸਟਰਸ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ, ਕਾਲਜਿਸਟ ਬੋਲਣ ਦਾ ਮੌਕਾ ਮਿਲਦਾ। ਔਰ ਜਦੋਂ ਯੰਗਸਟਰਸ ਦਾ ਸਵਾਲ ਹੁੰਦਾ ਹੈ ਕਿ ਤੁਸੀਂ ਯੂ ਨੋ ਫੇਮਸ ਕਿੱਦਾਂ ਹੁੰਦੇ ਹੋ, ਇਹ ਬੜਾ ਆਮ ਸਵਾਲ ਹੈ ਕਿ ਹਾਊ ਡੂ ਆਈ ਗੈਟ ਔਨ ਕੈਮਰਾ, ਹਾਊ ਡੂ। ਹੁਣ ਤਾਂ ਅੱਜ ਕੱਲ੍ਹ ਤਾਂ ਬੰਦਾ ਇੰਸਟਾਗ੍ਰਾਮ, ਸਨੈਪਚੈਟ 'ਤੇ ਸੈਲੀਬ੍ਰਿਟੀ ਬਣ ਜਾਂਦਾ। ਪਰ ਮੈਂ ਜੇ ਇਹ ਸੋਚ ਕੇ ਇਸ ਫੀਲਡ ਦੇ ਵਿੱਚ ਆਉਂਦੀ ਕਿ ਮੈਂ ਮਸ਼ਹੂਰ ਹੋਣਾ, ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਸਕਸੈਸਫੁਲ ਹੋ ਪਾਉਂਦੀ। ਮੈਂ ਕਿਉਂਕਿ ਇਸ ਪ੍ਰੋਫੈਸ਼ਨ ਨੂੰ ਐਜ਼ ਅ ਪ੍ਰੋਫੈਸ਼ਨ ਆਪਣਾ ਸਭ ਕੁਛ ਦਿੱਤਾ, ਮਿਹਨਤ ਕੀਤੀ ਹੈ, ਪੈਸ਼ਨ ਦੇ ਨਾਲ। ਹਾਂ, ਸਟੋਰੀ ਟੈਲਿੰਗ ਵਾਜ਼ ਮਾਈ ਪੈਸ਼ਨ। ਉਹਦੀ ਜਿਹੜੀ ਬਾਇਓ ਪ੍ਰੋਡਕਟ ਸੀਗੀ ਉਹ ਇਹ ਸੀਗੀ ਵੀ ਤੁਹਾਨੂੰ ਲੋਕ ਪਛਾਣਦੇ ਬਿਕਾਜ਼ ਤੁਸੀਂ ਉਹਨਾਂ ਦੇ ਲਿਵਿੰਗ ਰੂਮਸ ਦੇ ਵਿੱਚ ਰੋਜ਼ ਆਉਂਦੇ ਹੋ। ਪਰ ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਸਿਰਫ ਇਹ ਸ਼ੈਲੋ
ਆਪਣਾ ਮੋਟਿਵ ਲੈ ਕੇ ਇੱਥੇ ਆਉਂਦੀ ਕਿ ਮੈਂ ਤਾਂ ਮਸ਼ਹੂਰ ਹੋਣਾ ਜੀ, ਮੈਨੂੰ ਲੋਕ ਪਛਾਣਨ, ਫਿਰ ਨਹੀਂ. ਇਨਫੈਕਟ ਆਈ ਐਮ ਦੀ ਓਪੋਜ਼ਿਟ ਡਾਕਟਰ ਭੁਰਜੀ. ਐਜ਼ ਅ ਪਰਸਨ ਆਈ ਡੋਂਟ ਕਰੇਵ ਅਟੈਨਸ਼ਨ, ਸੋ ਮੈਂ ਕੰਪਲੀਟਲੀ ਓਪੋਜ਼ਿਟ ਹਾਂ. ਤੁਸੀਂ ਆਈ ਡੋਂਟ ਨੋ ਇਫ ਯੂ ਨੋਟਿਸ, ਪਰ ਜਦੋਂ ਮੈਂ ਐਮ ਸੀ ਕਰਦੀ ਹਾਂ, ਜਦੋਂ ਮੈਂ ਸਟੇਜ 'ਤੇ ਹੁੰਦੀ ਹਾਂ, if I am the person who's sitting in a corner getting ready, going through her notes, and I don't want to interact. Main aksar dekhda bhi odo ta Tarannum de naal akh milon vi okhi hundi aa, oh likhi jandi hundi aa, koi kaate maate mar ja, phir je do stage te jandi phir asal lag pindi, odo mera stress level bahut different hunda. Ohi ehi hai vi hun ta koi banda kahe vi thonu ta inne saal ho gaye, 20 saal ho gaye kuch kardeyan nu, te tusi ta stage te ja ke bol sakde ho. Haan bol sakde ho. ਪਰ ਫਿਰ ਮੈਨੂੰ ਆਪਣੇ ਆਪ ਨਾਲ ਲੈਣ ਲੱਗਦਾ ਮੈਂ ਮੇਰੇ ਪ੍ਰੋਫੈਸ਼ਨ ਨਾਲ ਨਾ ਇਨਸਾਫੀ ਕਰ ਰਹੀ ਹਾਂ. ਮੈਂ ਆਈ ਐਮ ਨੋਟ ਬੀਂਗ ਟਰੂਥਫੁਲ ਟੂ ਇਟ. ਸੋ ਐਵਰੀ ਡੇ ਤੁਸੀਂ ਗਰੋ ਕਰਦੇ ਹੋ, ਅਗਰ ਤੁਸੀਂ ਆਪਣੇ ਕਮਿਟਮੈਂਟ ਨੂੰ ਹੋਰ ਉੱਚਾ ਰੱਖਦੇ, ਤਾਂ ਹੀ ਮੈਂ ਕਹਿੰਦਾ ਨਾ ਜਿਹੜਾ ਇਹ ਵਾਈਬ੍ਰੇਸ਼ਨ ਹੈਗੇ ਆ, ਇਹ ਤਾਂ ਮਤਲਬ ਬਹੁਤ ਉੱਤੇ ਤੱਕ ਜਾ ਰਿਹਾ. ਦੂਜਾ ਇੱਕ ਸਵਾਲ ਸੀ ਮੇਰਾ, ਮੈਂ ਬਹੁਤ ਰਿਸਪੈਕਟ ਕਰਦਾ, ਮੇਰੀ 3 ਬੇਟੀਆਂ ਹੈਗੀਆਂ ਔਰ ਬਾਬੇ ਨਾਨਕ ਨੇ ਵੀ ਬਹੁਤ ਇਕੁਅਲ ਦਰਜਾ ਦਿੱਤਾ, ਔਰ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਬੈਲੈਂਸ ਕਰਤਾ ਉਹਨਾਂ ਨੇ ਕੈਬਨਿਟ ਵੀ. ਫੀਮੇਲ ਪਰਸਨ ਹੋਣ ਦਾ ਮੀਡੀਆ ਦੇ ਵਿੱਚ ਕਿੱਦਾਂ ਤੁਹਾਨੂੰ, ਮਤਲਬ ਤੁਸੀਂ ਤਾਂ ਹਾਰਡ ਵਰਕ ਕਰ ਰਹੇ ਹੋ, ਤੁਸੀਂ ਆਪਣਾ ਰਿਸਪੈਕਟ ਵਗੈਰਾ ਬੜੀ ਬਰਕਰਾਰ ਕੀਤੀ ਹੈ, ਬਟ ਚੈਲੇਂਜਸ ਹੈਗੇ ਆ ਅਜੇ ਵੀ ਫੀਮੇਲਸ ਨੂੰ? ਚੈਲੇਂਜਸ ਹੈਗੇ ਨੇ, ਚੈਲੇਂਜਸ ਇਸ ਲਈ ਨੇ ਕਿਉਂਕਿ ਤੁਸੀਂ ਐਜ਼ ਅ ਫੀਮੇਲ ਬਾਕੀ ਸਭ ਵੀ ਬੈਲੈਂਸ ਕਰ ਰਹੇ ਹੋ, ਤੁਸੀਂ ਘਰ ਵੀ ਬੈਲੈਂਸ ਕਰ ਰਹੇ ਹੋ, ਕੋਈ ਵੀ ਵਰਕਿੰਗ ਵੂਮਨ ਹੈ ਉਹ ਉਸ ਵਾਸਤੇ ਚੈਲੇਂਜਸ ਓਬਵੀਅਸਲੀ ਥੋੜ੍ਹੇ ਜਿਹੇ ਜ਼ਿਆਦਾ ਨੇ. ਜੇ ਬੰਦਾ ਚਾਹਵੇ, ਮੈਨੂੰ ਤਾਂ ਐਂ ਲੱਗਦਾ ਕਿ ਇੱਕ ਟਾਈਮ ਇਹੋ ਜਿਹਾ ਆਊਗਾ ਜਦੋਂ ਆਹ ਜਿਹੜਾ ਫਰਕ ਹੈ, ਜਿਹਦੇ ਬਾਰੇ ਇੰਨਾ ਅਪਰੋਰ ਹੋ ਰਿਹਾ ਅਤੇ ਜਿਹਦੇ ਬਾਰੇ ਇੰਨੀ ਆਵਾਜ਼ ਉਠਾਈ ਜਾ ਰਹੀ ਹੈ, ਇਹ ਫਰਕ ਮਿਟਣ ਵਿੱਚ ਹੁਣ ਬਹੁਤ ਥੋੜ੍ਹਾ ਜਿਹਾ ਟਾਈਮ ਹੈ. ਕਿਉਂਕਿ ਇਹ ਜਿਹੜੀ ਵੇਵ ਆਈ ਹੈ ਨਾ ਹੁਣ ਜਾਗਰੂਕਤਾ ਦੀ ਲੋਕਾਂ ਦੇ ਵਿੱਚ, ਕਿ ਵੈਦਰ ਯੂ ਆਰ ਅ ਮੇਲ ਔਰ ਅ ਫੀਮੇਲ, ਇਟ ਡਜ਼ਨਟ ਮੈਟਰ. ਆਈ ਡੋਂਟ ਥਿੰਕ ਦੇਰ ਇਜ਼ ਐਨੀਥਿੰਗ ਕਿ ਫੀਮੇਲਸ ਕੈਂਟ ਡੂ. ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ. ਮੈਂ ਇਸ ਕਰਕੇ ਫੋਰਚੁਨੇਟ ਰਹੀ ਹਾਂ, ਪਰਸਨਲੀ ਆਈ ਹੈਵਨਟ ਹੈਡ ਐਨੀ ਐਕਸਪੀਰੀਅੰਸਿਸ. ਮੈਂ ਹੈਵ ਬੀਨ ਦ ਕਾਈਂਡ ਆਫ ਪਰਸਨ who's been so, so blessed. Dr. Purji, mere jehde mere mentors rahe ne different stages de life de vich, unhone mere channi faith dikhai hai, aur faith is karke dikhai hai that she can do it, eh mehnat kar sakdi hai. Faith is karke nahi dikhai ya ki main female hai ya male hai ya us karke. So ohi main hun koshish kar rahi hai ki apni bachchi nu bhi sikha saki. Meri ek beti hai ek beta hai. So jiddan sade parents ne sanu raise kita hai, mainu ta nahi lagda ki mere brother ch te mere ch koi fark ਕੀਤਾ ਹੋਵੇ. ਸਗੋਂ ਮੈਨੂੰ ਇਹ ਲੱਗਦਾ ਵੀ ਮੈਨੂੰ ਸਪੈਸ਼ਲ ਟ੍ਰੀਟਮੈਂਟ ਥੋੜ੍ਹਾ ਜ਼ਿਆਦਾ ਮਿਲਿਆ. ਬਿਲਕੁਲ, ਤਾਂ ਹੀ ਤੁਸੀਂ ਹੱਸਦੇ ਖੇਡਦੇ ਸਟੇਜ 'ਚ. ਉਹ ਜਿਹੜੀ ਇਨਕਰੇਜਮੈਂਟ ਹੈ ਉਹ ਕੁੜੀਆਂ ਨੂੰ ਇੰਨਾ ਜ਼ਿਆਦਾ ਇੰਪਾਵਰ ਕਰ ਸਕਦੀ ਹੈ, ਇੰਨਾ ਇੰਪਾਵਰ ਕਰ ਸਕਦੀ ਹੈ. ਪਰ ਅਨਫੋਰਚੁਨੇਟਲੀ ਆਪਣੇ ਘਰਾਂ ਦੇ ਵਿੱਚ ਹਜੇ ਵੀ ਇਹ ਅਨਸਪੋਕਨ ਡਿਫਰੈਂਸ ਜਿਹੜਾ ਹੈਗਾ, ਔਰ ਮੈਂ ਦੇਖਦੀ ਹਾਂ ਇਹ ਹੈਗਾ, ਹਾਲੇ ਇਹਦੇ 'ਤੇ ਬਹੁਤ ਕੰਮ ਕਰਨ ਦੀ ਲੋੜ ਹੈ. ਜਦੋਂ ਤੱਕ ਆਪਾਂ ਆਪਣੀਆਂ ਬੇਟੀਆਂ ਨੂੰ ਇੰਪਾਵਰ ਨਹੀਂ ਕਰਾਂਗੇ, ਆਪਾਂ ਸਕਸੈਸਫੁਲ ਨਹੀਂ ਹੋ ਸਕਾਂਗੇ. ਬਿਲਕੁਲ ਸਹੀ ਕਿਹਾ ਤੁਸੀਂ. ਦੇਖੋ, ਬੇਟੀ ਆ ਉਹਨੂੰ ਅਗਰ ਇੰਪਾਵਰ ਕਰਦੇ ਹਾਂ, ਐਜੂਕੇਟ ਕਰਦੇ ਹਾਂ, ਤਾਂ ਆਪਣਾ ਘਰ ਸਵਾਰੂਗੀ, ਤਾਂ ਇੱਕ ਹੋਰ ਘਰ ਸਵਾਰੂਗੀ ਜਿੱਥੇ ਉਹਨੇ ਜਾ ਕੇ ਮੈਰਿਜ ਕਰਨੀ ਆ. ਸੋ ਬਿਲਕੁਲ, ਮਤਲਬ ਜਿਹੜਾ ਇਹ ਵੂਮਨ ਦਾ ਜਿਹੜਾ ਹੈਗਾ ਪੀਰੀਅਡ, ਗੋਲਡਨ ਐਰਾ ਤੋਂ ਲੰਘ ਰਿਹਾ, ਔਰ ਤੁਸੀਂ ਹੈਰਾਨ ਹੋ ਗਏ ਵੀ ਬਹੁਤ ਕੋਈ ਲੰਬਾ ਸਮਾਂ ਨਹੀਂ ਆ ਵੀ ਵੋਟਿੰਗ ਰਾਈਟਸ ਤਾਂ ਸਟਾਰਟ ਹੁੰਦੇ ਹੁੰਦੇ ਜਿਹੜੀ ਮੁਹਿੰਮ ਜਿਹੜੀ ਹੈਗੀ ਚੱਲੀ ਆ. ਹੁਣ ਜਿਹੜਾ ਤੁਹਾਡਾ ਜ਼ੀ ਟੈਲੀਵਿਜ਼ਨ ਦੇ ਨਾਲ ਵੀ ਤੁਸੀਂ ਕੰਮ ਕੀਤਾ, ਹੁਣ ਓਮਨੀ ਦੇ ਨਾਲ, ਇਹ ਸਾਰਾ ਕੁਝ ਕਿੱਦਾਂ ਚੱਲਦਾ, ਮਤਲਬ ਵੀ ਇਹ ਸਾਰਾ ਦਾਰੋ ਮਦਾਰ ਕਿੱਦਾਂ ਤੁਸੀਂ ਹੈਂਡਲ ਕਰਦੇ? ਆਈ ਥਿੰਕ ਇਹ ਦਰਵਾਜ਼ੇ ਸਾਰੇ ਉੱਪਰ ਵਾਲੇ ਨੇ ਖੋਲ੍ਹੇ ਨੇ. ਇਹ ਕਦੇ ਵੀ ਜਦੋਂ ਵੀ ਮੈਨੂੰ ਲੱਗਾ ਕਿ ਓਕੇ ਵਟਸ ਨੈਕਸਟ, ਉਹ ਆਪੇ ਹੀ ਦਰਵਾਜ਼ਾ ਖੁੱਲ੍ਹਿਆ. ਉਸ ਓਪਰਚੁਨਿਟੀ ਨੂੰ ਮੈਂ ਆਪਣਾ ਸਭ ਕੁਝ ਦਿੱਤਾ, ਪਰ ਕਦੇ ਵੀ ਇਹ ਨਹੀਂ ਸੋਚਿਆ ਕਿ I'm not too ambitious, which is one of the setbacks that I have, I think. ਲੋਕਾਂ ਨੂੰ ਹੋ ਸਕਦਾ ਲੱਗਦਾ ਹੋਵੇ ਵੀ ਮੈਂ ਬਹੁਤ ਐਂਬੀਸ਼ੀਅਸ ਹੈ, ਮੈਂ ਬੜੀ ਪਲੈਨਿੰਗ ਕਰਦੀ ਹਾਂ. ਮੈਨੂੰ ਇੱਕ ਸਿੰਪਲ ਲਾਈਫ ਚਾਹੀਦੀ ਹੈ, ਮੇਰੀਆਂ ਬਹੁਤ ਘੱਟ ਜ਼ਰੂਰਤਾਂ ਨੇ. ਮੇਰੇ ਬੱਚਿਆਂ ਨੂੰ ਚੰਗੀ ਲਾਈਫ ਮਿਲੇ ਅਤੇ ਪਰਿਵਾਰ ਦੇ ਨਾਲ ਟਾਈਮ ਮਿਲੇ, ਬਸ ਮੇਰੀਆਂ ਆਹੀ ਲੋੜਾਂ ਨੇ. ਖੁਸ਼ਨੁਮਾ ਮਾਹੌਲ ਹੋਵੇ, ਹਾਂ, ਬੇਸਿਕਸ 'ਚ ਰਹੀਏ. ਮੈਨੂੰ ਕੋਈ ਐ ਨਹੀਂ ਹੁੰਦਾ ਵੀ ਮੇਰਾ ਐਡਾ ਵੱਡਾ ਘਰ ਹੋਵੇ, ਮੇਰੇ ਆਹ ਗੱਡੀ ਹੋਵੇ. ਤਾਂ ਮਤਲਬ ਸੰਤਾਂ ਦੀ ਬਿਰਤੀ ਹੋ ਗਈ ਤੁਸੀਂ, ਮਤਲਬ ਹੈ ਨਾ, ਸਾਧੂ ਸੰਤਾਂ ਵਰਗੀ ਗੱਲਾਂ ਕਰ. ਨਹੀਂ, ਸਾਧੂ ਸੰਤਾਂ ਨਹੀਂ, ਮਤਲਬ ਚੰਗੀਆਂ ਚੀਜ਼ਾਂ ਕਿਹਨੂੰ ਨਹੀਂ ਅੱਛੀਆਂ ਲੱਗਦੀਆਂ, ਉਹ ਗੱਲ ਨਹੀਂ ਹੈ. ਪਰ ਮੈਨੂੰ ਇਹ ਨਹੀਂ, ਮਟੀਰੀਅਲ ਦਾ ਇੰਨਾ, ਮੈਨੂੰ ਮਟੀਰੀਅਲਿਸਟਿਕ ਚੀਜ਼ਾਂ ਦਾ ਕੋਈ ਇੰਨਾ ਕਰੇਵਿੰਗ ਨਹੀਂ ਹੈ, ਨਹੀਂ ਗਾ ਬਹੁਤਾ. ਔਰ ਇਹ ਹੁਣ ਦੀ ਗੱਲ ਨਹੀਂ ਹੈ,
ਇਹ ਸ਼ੁਰੂ ਤੋਂ ਹੈ ਮੈਂ ਆਈਵ ਨੈਵਰ ਬੀਨ ਟੂ ਮਟੀਰੀਅਲਿਸਟਿਕ ਮੈਂ ਬਹੁਤ ਸਿੰਪਲ ਹਾਂ ਕਿਉਂਕਿ ਤੁਹਾਡੀ ਫੈਮਿਲੀ ਵੀ ਆਰਟਿਸਟ ਸੀ ਤੁਸੀਂ ਵੀ ਆਰਟਿਸਟ 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 ਹੀ ਹੁੰਦਾ ਹੋਰ ਕੁਛ ਨਹੀਂ ਹੁੰਦਾ ਮੈਨੂੰ ਯੂ ਨੋ ਪਾਪਾ ਹੋਰਾਂ ਨੇ ਪਾਪਾ ਅਤੇ ਮੰਮਾ ਦੋਵੇਂ ਸਟੂਡੈਂਟ ਸੀਗੇ ਜਦੋਂ ਉਹਨਾਂ ਦਾ ਵਿਆਹ ਹੋਇਆ ਸੋ ਇੰਨੀ ਸਟਰਗਲ ਦੇਖੀ ਹੈ ਅਸੀਂ ਅਸੀਂ ਇੱਕ ਇੱਕ ਬੈਡਰੂਮ ਦੇ ਅਪਾਰਟਮੈਂਟ 'ਚ ਵੀ ਰਹੇ ਹਾਂ ਉੱਥੇ ਵੀ ਯੂ ਨੋ ਬੈੱਡ 'ਤੇ ਚੜ੍ਹ ਕੇ ਅਸੀਂ ਅਖਬਾਰ ਵਿਛਾ ਕੇ ਰੋਟੀ ਖਾਂਦੇ ਰਹੇ ਹਾਂ ਔਰ ਬੜੇ ਖੁਸ਼ ਸੀ ਅਸੀਂ ਉਦੋਂ ਵੀ ਜਦੋਂ ਬਹੁਤ ਬਾਬਾ ਜੀ ਨੇ ਦਿੱਤਾ ਉਦੋਂ ਵੀ ਖੁਸ਼ ਹੈ ਜਦੋਂ ਨਹੀਂ ਦਿੱਤਾ ਉਦੋਂ ਵੀ ਸੋਚਿਆ ਵੀ ਇਹਦਾ ਵੀ ਇਹਦੀ ਵੀ ਕੋਈ ਵਜ੍ਹਾ ਹੋਣੀ ਹੈ ਤਾਂ ਕਰਕੇ ਨਹੀਂ ਦਿੱਤਾ ਸੋ ਦੈਟ ਵੀ ਹੈਵ ਬੀਨ ਕੰਟੈਂਟ ਆਈ ਇਟਸ ਸਬਰ ਹੈ ਸੰਤੋਖ ਹੈ ਹਾਂ ਉਹਦੇ ਨਾਲ ਹੀ ਸ਼ਾਂਤੀ ਜਿਹੜੀ ਅੱਗੇ ਬਣਦੀ ਗੁਰਦਾਸ ਮਾਨ ਸਾਹਿਬ ਬਹੁਤ ਨਿਕਟ ਸੀ ਤੁਹਾਡੇ ਡੈਡੀ ਦੇ ਨਾਲ ਸੋ ਅਕਸਰ ਜਦੋਂ ਵੀ ਇੱਥੇ ਆਉਂਦੇ ਆ ਹਰ 2 ਸਾਲ ਬਾਅਦ ਆਉਂਦੇ ਆ ਜ਼ਰੂਰ ਤੁਹਾਡੀ ਫੈਮਿਲੀ ਦੇ ਨਾਲ ਮਿਲਦੇ ਆ ਸੋ ਇਹ ਪੁਰਾਣਾ ਬੜਾ ਬਹੁਤ ਪੁਰਾਣਾ ਲਿੰਕ ਹੈ ਬਹੁਤ ਪੁਰਾਣਾ ਇਹ ਉਦੋਂ ਦਾ ਲਿੰਕ ਹੈ ਜਦੋਂ ਮਾਨ ਅੰਕਲ ਗੁਰਦਾਸ ਮਾਨ ਤੋਂ ਗੁਰਦਾਸ ਮਾਨ ਨਹੀਂ ਸੀ ਇਹ ਉਦੋਂ ਦਾ ਲਿੰਕ ਹੈ ਜਦੋਂ ਅੰਕਲ ਨੇ ਪਹਿਲਾ ਸਕੂਟਰ ਖਰੀਦਿਆ ਸੀ ਕਿਆ ਬਾਤ ਇਹ ਉਦੋਂ ਦਾ ਲਿੰਕ ਹੈ ਜਦੋਂ ਅਸੀਂ ਆਈ ਮਹਿਫਲਾਂ ਦੀ ਜਿਹੜੀ ਮੈਂ ਗੱਲ ਕਰ ਰਹੀ ਹਾਂ ਇਹ ਮਹਿਫਲਾਂ ਹੁੰਦੀਆਂ ਸੀ ਦੋਸਤ ਯਾਰ ਬੈਠਦੇ ਸੀ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ ਉਹ ਬਹੁਤ ਪੁਰਾਣਾ ਲਿੰਕ ਹੈ ਉਹ 21 ਦੀਆਂ ਬਰਥਡੇ ਪਾਰਟੀਜ਼ 'ਤੇ ਜਾਣਾ 21 ਦਸੰਬਰ ਨੂੰ ਉਹਨਾਂ ਦੇ ਬੇਟੇ ਦਾ ਬਰਥਡੇ ਹੁੰਦਾ ਪਾਰਟੀਜ਼ ਅਟੈਂਡ ਕਰਨੀਆਂ ਇਹਨਾਂ ਦੇ ਸਰਕਲ ਦੇ ਵਿੱਚ ਮੈਂ ਹੀ ਇਕੱਲੀ ਕੁੜੀ ਸੀਗੀ ਬੱਚੀ ਸੀਗੀ ਸੋ ਮੈਨੂੰ ਬੜਾ ਪਿਆਰ ਮਿਲਿਆ ਇਹਨਾਂ ਸਾਰਿਆਂ ਤੋਂ ਮਾਨ ਅੰਕਲ ਦੀ ਜਿਹੜੀ ਬਲੈਸਿੰਗ ਹੈ ਉਹ ਸ਼ੁਰੂ ਤੋਂ ਸਾਡੇ ਨਾਲ ਰਹੀ ਹੈ ਔਰ ਮੈਂ ਆਪਣੇ ਆਪ ਨੂੰ ਬਹੁਤ ਫੋਰਚੁਨੇਟ ਸਮਝਦੀ ਹਾਂ ਕਿ ਜਿਸ ਬੰਦੇ ਨੂੰ ਸਾਰੀ ਦੁਨੀਆ ਪੂਜਦੀ ਹੈ ਉਹਦਾ ਪ੍ਰੀਟੀ ਮੱਚ ਆਸ਼ੀਰਵਾਦ ਉਹਨਾਂ ਦੀ ਹੱਲਾਸ਼ੇਰੀ ਸਾਡੇ ਨਾਲ ਰਹੀ ਹੈ ਔਰ ਇਹ ਨਹੀਂ ਹੈ ਕਿ ਅਸੀਂ ਰੋਜ਼ ਗੱਲ ਕਰਦੇ ਹਾਂ ਔਰ ਐਨੀਥਿੰਗ ਐਟ ਆਲ ਪਰ ਜਦੋਂ ਮੈਨੂੰ ਯਾਦ ਹੈ ਕਿ ਪਾਪਾ ਦੀ ਡੈਥ 2 ਸਾਲ ਹੋਈ ਸੀਗੀ ਔਰ ਜਦੋਂ ਮਾਨ ਅੰਕਲ ਇੱਥੇ ਆਏ ਹੋਏ ਸੀਗੇ ਤਾਂ ਮੈਨੂੰ ਥੋੜ੍ਹਾ ਜਿਹਾ ਲੱਗਾ ਵੀ ਉਹਨਾਂ ਦਾ ਫੋਨ ਨਹੀਂ ਆਇਆ ਇਹ ਬੜੀ ਅਜੀਬ ਗੱਲ ਹੈ ਔਰ ਉਦੋਂ ਮੈਨੂੰ ਪਤਾ ਲੱਗਿਆ ਜਦੋਂ ਕੌਂਸਰਟ 'ਤੇ ਮੇਰੇ ਇੱਕ ਫਰੈਂਡ ਨੇ ਮੈਨੂੰ ਮੈਸੇਜ ਕੀਤਾ ਕਿ ਤੁਸੀਂ ਇੱਥੇ ਹੋ ਤਾਂ ਮੈਂ ਕਿਹਾ ਨਹੀਂ ਮੈਂ ਇੱਥੇ ਨਹੀਂ ਹਾਂ ਕਹਿੰਦੇ ਉਹ ਇਸ ਵੇਲੇ ਸਟੇਜ 'ਤੇ ਤੁਹਾਡੇ ਫਾਦਰ ਸਾਹਿਬ ਨੂੰ ਟ੍ਰਿਬਿਊਟ ਦੇ ਰਹੇ ਨੇ ਕਿਆ ਬਾਤ ਉਹਨਾਂ ਦਾ ਵੱਡਾ ਪੰਜੜਾ ਹੈਗਾ ਇੱਥੋਂ ਹੀ ਪਤਾ ਲੱਗਦਾ ਬਿਲਕੁਲ ਯੂ ਡੋਨਟ ਨੀਡ ਟੂ ਸੇ ਮੋਰ ਯਾ ਸੋ ਹੀ ਇਜ਼ ਉਹ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਇਸ ਦੁਨੀਆ ਤੋਂ ਹੀ ਨਹੀਂ ਹੈ ਹੀ ਇਜ਼ ਡਿਫਰੈਂਟ ਹੀ ਇਜ਼ ਯੂ ਨੋ ਇੰਨਾ ਸਪਿਰਿਚੁਅਲ ਹੋਣਾ ਔਰ ਉਸ ਲੈਵਲ ਦੀ ਸਪਿਰਿਚੁਅਲਿਟੀ ਬੜੇ ਬੜੇ ਸਾਲਾਂ ਬਾਅਦ ਆਉਂਦੀ ਹੈ ਬੜੀ ਤੁਹਾਡੇ ਤੁਸੀਂ ਰੱਬ ਦੇ ਨਾਲ ਹਾਂ ਕੁਛ ਖਾਸ ਹੈ ਕੁਛ ਖਾਸ ਹੈ ਸਾਡੇ ਨਾ ਕੈਮਰਾਮੈਨ ਪ੍ਰੋਡਿਊਸਰ ਸਾਹਿਬ ਕਹਿੰਦੇ ਆ ਵੀ ਸ਼ਾਇਦ ਸਾਨੂੰ ਪਾਰਟ 2 ਵੀ ਇੰਟਰਵਿਊ ਕਰਨਾ ਪੈ ਸਮਾਂ ਦੇਖੋ ਤਰੰਨਮ ਵੰਗਰ ਆਪਣੇ ਚਾਲ ਦੇ ਨਾਲ ਚਲੀ ਗਿਆ ਮੈਂ ਤਾਂ ਵੀ ਚਾਹਾਂਗਾ ਵੀ ਤੁਸੀਂ 1 ਮਿੰਟ ਦੇ ਵਿੱਚ ਨਾ ਸਾਡੇ ਬੱਚੇ ਜਿਹੜੇ ਹੈਗੇ ਖਾਸ ਕਰਕੇ ਫੀਮੇਲ ਉਹਨਾਂ ਦੇ ਲਈ ਕੁਛ ਸੰਦੇਸ਼ ਜ਼ਰੂਰ ਦਿਓ ਆਈ ਥਿੰਕ ਮੇਰਾ ਸੁਨੇਹਾ ਸਭ ਵਾਸਤੇ ਇਹੀ ਹੈ ਕਿ ਕਦੇ ਵੀ ਕਿਸੇ ਨੂੰ ਇਹ ਨਾ ਕਹਿਣ ਦਿਓ ਕਿ ਤੁਸੀਂ ਕੁਛ ਨਹੀਂ ਕਰ ਸਕਦੇ ਹਰ ਇਨਸਾਨ ਦੇ ਵਿੱਚ ਹਰ ਬੰਦੇ ਦੇ ਵਿੱਚ ਹਰ ਲੜਕੀ ਦੇ ਵਿੱਚ ਇਹ ਕਾਬਲੀਅਤ ਹੈ ਕਿ ਉਹ ਆਪਣਾ ਫਿਊਚਰ ਆਪ ਬਣਾ ਸਕਦਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਪੂਰੇ ਦਿਲ ਨਾਲ ਕਰੋ ਪੂਰੀ ਸ਼ਿੱਦਤ ਨਾਲ ਕਰੋ ਪੂਰੇ ਪੈਸ਼ਨ ਨਾਲ ਕਰੋ ਕਦੇ ਵੀ ਹਾਫ ਹਾਰਟਡਲੀ ਨਾ ਕਰੋ ਬਾਬਾ ਜੀ ਤੁਹਾਡਾ ਸਾਥ ਦੇਣਗੇ ਕੁਦਰਤ ਤੁਹਾਡਾ ਸਾਥ ਦੇਵੇਗੀ ਦ ਯੂਨੀਵਰਸ ਵਿਲ ਬੀ ਵਿਦ ਯੂ ਬਟ ਯੂ ਹੈਵ ਟੂ ਵਰਕ ਹਾਰਡ ਬਹੁਤ ਸੋਹਣਾ ਹੈ ਮੈਸੇਜ ਸੀ ਔਰ ਮਿਹਨਤ ਕਰ ਇਨਸਾਨ ਜਾਗ ਉੱਠਿਆ ਮਿਹਨਤ ਕਰਿਆ ਕਰੋ ਲਗਨ ਦੇ ਨਾਲ ਔਰ ਪਰਮਾਤਮਾ ਦੇ ਰਜ਼ਕ ਦੇ ਵਿੱਚ ਰਿਹਾ ਕਰੋ ਜੋ ਕੁਛ ਉਹਨੇ ਕੀਤਾ ਉਹ ਤੁਹਾਡੇ ਭਲੇ ਵਾਸਤੇ ਹੀ ਕਰਦਾ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਬਖਸ਼ਦੇ ਹਾਂ ਤੁਹਾਡੇ ਤੋਂ ਲੈਂਦੇ ਹਾਂ ਫਿਰ ਅਗਲੇ ਹਫ਼ਤੇ ਇੱਕ ਪਿਆਰਾ ਜਿਹਾ ਇੰਟਰਵਿਊ ਤੁਹਾਡੇ ਲਈ ਹਾਜ਼ਰ ਹੋਏਗਾ ਹਾਂ ਔਰ ਮੈਂ ਵਾਅਦਾ ਕਰਦਾ ਤਰੰਨਮ ਜੀ ਪਾਰਟ 2 ਵੀ ਹੋਏਗਾ ਕਿਉਂਕਿ ਅਜੇ ਤਾਂ ਮਟੀਰੀਅਲ ਕੁਛ ਬਾਹਰ ਆਇਆ ਨਹੀਂ ਸੋ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਵੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ